ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ ਵਿੱਚ ਜਨਤਾ ਦੀ ਆਵਾਜ਼ ਦੇ ਇਸ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ ਅਸੀਂ ਪੰਥ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਮਸਲਿਆਂ ਦੇ ਉੱਤੇ ਡੂੰਘੀ ਵਿਚਾਰ ਕਰ ਰਹੇ ਹਾਂ ਉਸ سلسلے ਦੇ ਵਿੱਚ ਉਸ ਲੜੀ ਵਿੱਚ ਅੱਜ ਦਾ ਇਹ ਪ੍ਰੋਗਰਾਮ ਆਪ ਦੀ ਖਿਦਮਤ ਵਿੱਚ ਹਾਜ਼ਰ ਹੈ ਅਸੀਂ ਆਪ ਦੇ ਵਿਚਾਰਾਂ ਨੂੰ ਪੂਰੀ ਤਰਜੀਹ ਦਿੰਦੇ ਹਾਂ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੇ ਵੀ ਪ੍ਰੋਗਰਾਮ ਜਿਹੜੇ ਵੀ ਤੱਥ ਦਿੱਤੇ ਜਾਣ ਉਹ ਸਾਰੇ ਪਹਿਲਾਂ ਵੈਰੀਫਾਈ ਕਰਕੇ ਫਿਰ ਤੱਥਾਂ ਦੇ ਉੱਤੇ ਆਧਾਰਿਤ ਹੋਏ ਪਰ ਫਿਰ ਵੀ ਗਾਹੇ-ਬਗਾਹੇ ਵੇਖਣ ਵਿੱਚ ਆਉਂਦਾ ਹੈ ਕਿ ਕਈ ਵਾਰੀ ਅਸੀਂ ਜਦੋਂ ਪ੍ਰੋਗਰਾਮ ਦਿੰਦੇ ਹਾਂ ਤਾਂ ਸ਼ਾਇਦ ਕੋਈ ਕਮਿਊਨੀਕੇਸ਼ਨ ਗੈਪ ਜਾਂ ਕਿਸੇ وجہ ਕਰਕੇ ਕਈ ਵਾਰ ਗਲਤਫਹਿਮੀ ਹੋ ਜਾਂਦੀ ਹੈ ਜਿਵੇਂ ਪਿਛਲੀ ਵਾਰ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਦਿੱਤਾ ਸੀ ਰਾਸ਼ਟਰੀ ਸਿੱਖ ਸੰਗਤ ਨਾਮ ਦੀ ਸੰਸਥਾ ਦੇ ਉੱਤੇ ਦਰਅਸਲ ਰਾਸ਼ਟਰੀ ਸਿੱਖ ਸੰਗਤ ਇਹ 1984 ਦੇ ਵਿੱਚ ਆਰਐਸਐਸ ਜਿਹੜੀ ਪੇਰੈਂਟ ਬਾਡੀ ਹੈ ਰਾਸ਼ਟਰੀ ਸਵੈਮ ਸੇਵਕ ਸੰਗ ਇਹ ਉਹਨਾਂ ਨੇ ਤਿਆਰ ਕੀਤੀ ਸੀ ਜਿਹੜੀ ਕਿ ਪੰਜਾਬ ਦੇ ਵਿੱਚ ਇਹਨਾਂ ਦਾ ਖੇਤਰ ਹੋਏ ਔਰ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਲਈ ਔਰ ਤਾਂ ਕਿ ਸਿਧਾਂਤਕ ਤੌਰ ਦੇ ਉੱਤੇ ਸਿੱਖਾਂ ਨੂੰ ਕਮਜ਼ੋਰ ਕਰਨ ਦੇ ਲਈ ਉਹਨਾਂ ਨੇ ਇਹ ਇੱਕ ਐ ਸੰਸਥਾ ਨਵੀਂ ਖੜੀ ਕੀਤੀ ਸੀ ਜਿਸ ਦਾ ਨਾਮ ਆਰਐਸਐਸ ਰਾਸ਼ਟਰੀ ਸਿੱਖ ਸੰਗਤ ਰੱਖਿਆ ਨਾ ਤਾਂ ਇਹ ਸੰਸਥਾ ਰਾਸ਼ਟਰੀ ਸੀ ਨਾ ਇਹ ਸਿੱਖ ਸੀ ਨਾ ਇਹ ਸੰਗਤ ਸੀ ਕਿਸੇ ਰੂਪ ਵਿੱਚ ਵੀ ਸਿੱਖ ਸਿਧਾਂਤਾਂ ਨਾਲ ਇਹਨਾਂ ਦਾ ਕੋਈ ਮੇਲ ਨਹੀਂ ਸੀ ਸੋ ਉਸ ਦੇ ਬਾਰੇ ਅਸੀਂ ਵਿਸਥਾਰ ਨਾਲ ਦੱਸਿਆ ਸਾਨੂੰ ਫਕੀਰ ਚੰਦ ਜੀ ਸ਼੍ਰੀ ਫਕੀਰ ਚੰਦ ਉਹ ਹਾਈ ਹੋ ਤੋ ਉਹਨਾਂ ਦੀ ਈਮੇਲ ਆਈ ਉਹਨਾਂ ਦਾ ਖਤ ਆਇਆ ਫੈਕਸ ਰਾਹੀਂ ਵੀ اور ਉਹਨਾਂ ਨੇ ਇਤਰਾਜ਼ ਕੀਤਾ ਕਿ ਤੁਸੀਂ ਗਲਤ ਬਿਆਨੀ ਕੀਤੀ ਹੈ ਕਿ ਸਸਥਾ ਰਾਸ਼ਟਰੀ ਸਵੈਮ ਸੇਵਕ ਸੰਗ ਹੀ ਹੈ ਆਰਐਸਐਸਸੀ ਹੈ ਰਾਸ਼ਟਰੀ ਸਿੱਖ ਸੰਗਤ ਨਾਮ ਦੀ ਕਦੀ ਮੈਂ ਸੰਸਥਾ ਸੁਣੀ ਨਹੀਂ ਔਰ ਜਨ ਸੰਗ ਹੀ ਬਾਅਦ ਵਿੱਚ RSS ਦਾ ਰੂਪ ਬਣੀ RSS ਬਦਲ ਕੇ ਜਨ ਸੰਘ ਹੋ ਗਈ ਦਰਅਸਲ ਇਹ ਤੱਥਾਂ ਤੇ ਆਧਾਰਿਤ ਨਹੀਂ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਵੱਖਰੀ ਸੰਸਥਾ ਸੀ ਔਰ ਜਿਹੜੀ ਹੈਡਗੇਵਰ ਜੀ ਨੇ ਸ਼ੁਰੂ ਕੀਤੀ ਸੀ ਔਰ ਜਿਹੜੀ ਜਨ ਸੰਘ ਹੈ ਇਹ ਵੱਖਰੀ ਸੰਸਥਾ ਸੀ ਪੋਲੀਟੀਕਲ ਪਾਰਟੀ ਸੀ ਜਿਸ ਦਾ ਰੂਪ ਬਦਲ ਕੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਹੋਇਆ ਮੈਂ ਸਿਰਫ ਅਸੀਂ ਉਸ ਤੱਥ ਨੂੰ ਸਪਸ਼ਟ ਕਰਨ ਲਈ ਅਸੀਂ ਪਹਿਲੀ ਤਸਵੀਰ ਜੋ ਦਿਖਾ ਰਹੇ ਹਾਂ ਵਿਸਥਾਰ ਵਿੱਚ ਨਾ ਜਾਂਦੇ ਹਾਂ ਸਿਰਫ ਇਤਨਾ ਹੀ ਕਹਿਣਾ ਚਾਹਾਂਗੇ ਇਹ ਰਾਸ਼ਟਰੀ ਸਿੱਖ ਸੰਗਤ ਦਾ ਸੰਵਿਧਾਨ ਹੈ ਜਿਹੜਾ ਉਹਨਾਂ ਨੇ ਪਾਸ ਕੀਤਾ ਹੈ ਔਰ ਜਿਸ ਦੇ ਮੁਤਾਬਕ ਇਹ ਸੰਸਥਾ ਆਪਰੇਟ ਕਰ ਰਹੀ ਹੈ ਪੰਜਾਬ ਦੇ ਵਿੱਚ ਵੀ ਔਰ ਬਾਹਰ ਵੀ ਇਹਨਾਂ ਦੇ ਹੀ ਜਿਹੜੇ ਰਾਸ਼ਟਰੀ ਜਨਰਲ ਸਕੱਤਰ ਸਨ ਗੁਰਚਰਨ ਸਿੰਘ ਗਿੱਲ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਨਾਂ ਦੇ ਉੱਤੇ ਇਸ ਸੰਸਥਾ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਸੀ ਕਿ ਅਕਾਲ ਤਖਤ ਨੇ ਇਹਨਾਂ ਦੇ ਉੱਤੇ ਪਾਬੰਦੀ ਨੂੰ ਖਤਮ ਕਰ ਦਿੱਤਾ ਹੈ ਜਿਹੜੀ ਚਿੱਠੀ ਬਾਅਦ ਜਾਲੀ ਸਾਬਤ ਹੋਈ ਔਰ ਉਹ ਜਗ ظاہر ਹੋਇਆ ਕਿ ਰਾਸ਼ਟਰੀ ਸਿੱਖ ਸੰਗਤ ਨੇ ਉਹ ਜਾਲੀ ਚਿੱਠੀ ਅਕਾਲ ਤਖਤ ਸਾਹਿਬ ਦੇ ਨਾਮ ਦੇ ਉੱਤੇ ਜਾਰੀ ਕੀਤੀ ਸੀ ਅਲਬਤ ਅਸੀਂ ਅੱਜ ਦਾ ਜੋ ਪ੍ਰੋਗਰਾਮ ਹੈ ਪਿਛਲਾ ਅਸੀਂ ਪਾਈ ਸਾਹਿਬ ਪਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਲੈ ਕੇ ਅਸੀਂ ਇੱਕ ਪ੍ਰੋਗਰਾਮ ਦਿੱਤਾ ਸੀ ਸਾਨੂੰ ਕਈ ਸੁਨੇਹੇ ਔਰ ਕਈ ਸੁਨੇਹੇ ਆਏ ਹਨ ਕਿ ਉਸ ਸਬਜੈਕਟ ਦੇ ਉੱਤੇ ਕਿਉਂਕਿ ਮੋਡਲਾ ਔਰ ਬੇਸਿਕ ਸਬਜੈਕਟ ਹੈ ਅਸੀਂ ਉਸ ਦੇ ਉੱਤੇ ਹੋਰ ਥੋੜਾ ਵਿਸਥਾਰ ਵਿੱਚ ਚੰਨਣਾ ਪਾਈਏ ਸੋ ਪਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ سلسلے ਨੂੰ ਬਲਕਿ ਕੇਸਾਂ ਦੇ ਬਾਰੇ ਜਿਹੜਾ ਪ੍ਰੋਗਰਾਮ ਹੈ ਜਿਹੜਾ ਪੰਜ ਕਕਾਰਾਂ ਵਿੱਚ ਵੀ ਹੈ ਜਿਹੜਾ ਚਾਰ ਕੁਰਹਿਤਾਂ ਦੇ ਵਿੱਚ ਵੀ ਹੈ ਅਸੀਂ ਅੱਜ ਦਾ ਇਹ ਪ੍ਰੋਗਰਾਮ ਉਸੇ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ਪੇਸ਼ ਕਰ ਰਹੇ ਹਾਂ ਔਰ ਸਾਡੀ ਗੁਜ਼ਾਰਿਸ਼ ਹੈ ਇਹ ਪ੍ਰੋਗਰਾਮ 9 ਵਜੇ ਤੱਕ ਅਸੀਂ ਆਪਣੀ ਗੱਲ ਕਰਾਂਗੇ ਔਰ 9 ਤੋਂ ਲੈ ਕੇ 9:30 ਵਜੇ ਤੱਕ ਅਸੀਂ ਆਪਦੀਆਂ ਕਾਲਸ ਲਵਾਂਗੇ ਜਿਸ ਤਰ੍ਹਾਂ ਆਪਦੀ ਮੰਗ ਆਈ ਹੈ ਕਿ ਕਾਲਸ ਲੈ ਕੇ ਉਹਨਾਂ ਨੂੰ ਜਗ੍ਹਾ ਦਿੱਤੀ ਜਾਏ ਔਰ ਜਿਹੜੇ ਦਰਸ਼ਕ ਹਨ ਉਨ੍ਹਾਂ ਦੇ ਵਿਚਾਰਾਂ ਨੂੰ ਜ਼ਰੂਰ ਉਚਿਤ ਥਾਂ ਦਿੱਤੀ ਜਾਏ। ਸੋ ਕੇਸਾਂ ਦੇ ਬਾਰੇ ਅਸੀਂ ਜਿਹੜੀ ਤਸਵੀਰ ਪਹਿਲੇ ਦਿਖਾਈ ਸੀ ਉਹ ਤਸਵੀਰ ਮੁੜ ਦਿਖਾਉਂਦੇ ਹਾਂ ਜਿਹੜੀ ਅਗਲੀ ਤਸਵੀਰ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਬਾਰੇ ਕੇਵਲ ਇਤਨਾ ਹੀ ਕਹਿਣਾ ਕਾਫੀ ਹੈ ਕਿ ਕੇਸ ਸਿੱਖੀ ਦਾ ਤੁਰਾ ਹੈ। ਕੇਸਾਂ ਦੇ ਬਿਨਾ ਸਿੱਖ ਨਹੀਂ ਹੋ ਸਕਦਾ। ਕੇਸਾਂ ਨੂੰ ਰੱਖਣ ਦਾ ਹੁਕਮ ਹੈ ਕੇਸ ਰੱਖਣੇ ਇਹ ਸਾਡੀ ਮੋਹਰ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣਾ ਹੁਕਮਨਾਮਾ ਜੋ ਉਹਨਾਂ ਨੇ ਕਾਬਲ ਦੀ ਸੰਗਤ ਨੂੰ ਜਾਰੀ ਕੀਤਾ ਸੀ ਗੁਰੂ ਸਾਹਿਬ ਨੇ ਇੱਕ ਪਾਸੇ ਕੇਸ ਰੱਖਣ ਦਾ ਆਦੇਸ਼ ਦਿੱਤਾ ਪਰ ਦੂਸਰੇ ਪਾਸੇ ਇਸ ਨੂੰ ਚਾਰ ਕੁਰਹਿਤਾਂ ਵਿੱਚ ਵੀ ਜਗ੍ਹਾ ਦਿੱਤੀ ਕੇਸ ਨਹੀਂ ਕਟਾਣ ਦਾ ਹੁਕਮ ਵੀ ਦਿੱਤਾ ਗੱਲ ਬੜੀ ਸਿੱਧੀ ਹੈ ਜੇ ਕਿਸੇ ਨੇ ਫਾਲੋਅਰ ਅਖਵਾਣਾ ਹੈ ਸੇਕਾ ਦਾ ਅਰਥ ਹੀ ਫਾਲੋਅਰ ਹੁੰਦਾ ਉਸ ਦਾ ਮਤਲਬ ਹੈ ਕਿ ਜੇ ਉਹ ਫਾਲੋ ਕਰਦਾ ਹੈ ਤਾਂ ਉਹ ਫਾਲੋਅਰ ਹੈ ਹੁਣ ਜੇ ਕੋਈ ਫਾਲੋ ਨਹੀਂ ਕਰਨਾ ਚਾਹੁੰਦਾ ਉਹ ਫਿਰ ਵੀ ਆਪਣੇ ਆਪ ਨੂੰ ਫਾਲੋਅਰ ਰਖਵਾਣਾ ਚਾਹੁੰਦਾ ਹੈ ਤਾਂ ਉਸ ਦੇ ਲਈ ਬੜਾ ਸਪਸ਼ਟ ਹੈ ਉਹ ਕੋਸ਼ਿਸ਼ ਕਰੇ ਆਕਸਫੋਰਡ ਹੈ ਹੋਰ ਕਈ ਡਿਕਸ਼ਨਰੀਜ਼ ਹਨ ਕੈਂਬਰੇਜ ਹੈ ਇਹਨਾਂ ਨੂੰ ਰਿਕੁਐਸਟ ਕੀਤੀ ਜਾਏ ਇਹ ਫਾਲੋਅਰ ਦਾ ਮਤਲਬ ਬਦਲ ਦੇਣ ਕਿ ਜਿਹੜਾ ਨਹੀਂ ਫਾਲੋਅਰ ਫਾਲੋ ਕਰੇਗਾ ਉਸ ਨੂੰ ਵੀ ਫਾਲੋਅਰ ਕਹਿ ਲਿਆ ਜਾਏਗਾ ਦਰਸਲ ਗੁਰੂ ਸਾਹਿਬ ਨੇ ਕੇਸਾਂ ਦੇ ਸਤਕਾਰ ਨੂੰ ਇਤਨਾ ਮਾਣ ਦਿੱਤਾ ਜਿਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਲਗਾਇਆ ਜਾ ਸਕਦਾ ਹਰ ਰਹਿਤਨਾਮੇ ਹਰ ਹੁਕਮਨਾਮੇ ਦੇ ਵਿੱਚ ਕੇਸਾਂ ਦੀ ਸੰਭਾਲ ਕੇਸਾਂ ਦੀ ਪਾਲਣਾ ਕੰਗੇ ਸੋ ਕਰਨੀ ਇਹ ਸਾਰੇ ਆਦੇਸ਼ ਸਪਸ਼ਟ ਹਨ ਅਗਲੀ ਤਸਵੀਰ ਜਿਹੜੀ ਆਪ ਦੇਖ ਰਹੇ ਹੋ ਇਹ ਬਹੁਤ ਸਪਸ਼ਟ ਹੈ ਕਿ ਕੇਸਕੜ ਸਾਹਿਬ ਦੀ ਇਹ ਤਸਵੀਰ ਹੈ ਤਖਤ ਸਿਰੀ ਕੇਸਕੜ ਸਾਹਿਬ ਦੀ ਤਸਵੀਰ ਜਦੋਂ ਵੀ ਕੋਈ ਇਮਾਰਤ ਸਿਰਜਦਾ ਹੈ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਚੀਜ਼ ਉਸ ਨੂੰ ਸਭ ਤੋਂ ਪਿਆਰੀ ਲੱਗੇ ਉਸ ਦੇ ਨਾਂ ਦੇ ਉੱਤੇ ਉਸ ਇਮਾਰਤ ਦਾ ਨਾਮ ਰੱਖਿਆ ਜਾਂਦਾ ਹੈ ਜਦੋਂ ਤਖਤ ਸਾਹਿਬ ਦੀ ਸਿਰਜਣਾ ਹੋਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿਤਾ ਗੁਰਤੇਗ ਬਹਾਦਰ ਜੀ ਦੇ ਨਾਂ ਤੇ ਜਾਂ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਜਾਂ ਸਹਿਬਜ਼ਾਦਿਆਂ ਦੇ ਨਾਮ ਦੇ ਉੱਤੇ ਇਸ ਇਮਾਰਤ ਦਾ ਨਾਮ ਨਹੀਂ ਰੱਖਿਆ ਉਹਨਾਂ ਨੂੰ ਜਿਹੜੀ ਚੀਜ਼ ਸਭ ਤੋਂ ਅਜ਼ੀਜ਼ ਸਭ ਤੋਂ ਪਿਆਰੀ ਸੀ ਉਸ ਦਾ ਨਾਮ ਉਹਨਾਂ ਨੇ ਰੱਖਿਆ ਤਖਤ ਸ੍ਰੀ ਕੇਸਗੜ ਸਾਹਿਬ ਜਿਸ ਦਾ ਸ਼ਬਦਿਕ ਟ੍ਰਾਂਸਲੇਸ਼ਨ ਹੈ ਦੀ ਬਲੇਸਟ ਫੋਰਟ ਆਫ ਅਨਕਟ ਹੈਅ ਦਰਅਸਲ ਕੇਸਾਂ ਬਾਰੇ ਇਹ ਗੱਲ ਕਹਿ ਲਈ ਜਾਏ ਕੇਸ ਇੱਕ ਚਿੰਨ ਹੈ ਪਰ ਚਿੰਨਾਂ ਦੀ ਮਹੱਤਤਾ ਬਹੁਤ ਵੱਡੀ ਹੁੰਦੀ ਹੈ ਇੱਕ ਚਿੰਨ ਹੈ ਉਸ ਦੀ ਖਾਤਰ ਕੌਮਾਂ ਆਪਣਾ ਸਾਰਾ ਕੁਝ ਵਾਰ ਦਿੰਦੀਆਂ ਹਨ ਜੇਕਰ ਕਿਸੇ ਦੇਸ਼ ਦੇ ਝੰਡੇ ਨੂੰ ਲੈ ਲਿਆ ਜਾਏ ਉਹ ਵੀ ਉਸ ਦਾ ਚਿੰਨ ਹੈ ਪਰ ਉਸ ਚਿੰਨ ਨੂੰ ਕਾਇਮ ਉਸ ਨੂੰ ਕਾਇਮ ਰੱਖਣਾ ਇੱਕ ਬਹੁਤ ਵੱਡਾ ਫਰਜ਼ ਹੁੰਦਾ ਹੈ ਇਹੀ ਦੇਸ਼ ਭਗਤੀ ਕਿਹਾ ਜਾਂਦਾ ਹੈ। ਔਰ ਇਸ ਚਿੰਨ ਨੂੰ ਜ਼ਾਹਿਰਾ ਤੌਰ ਦੇ ਉੱਤੇ ਕਹਿਣਾ ਕਿਸੇ ਨੇ ਸਵਾਲ ਕੀਤਾ ਕਿ ਜੀ ਭਾਈ ਤਾਰੂ ਸਿੰਘ ਉਸ ਵੇਲੇ ਵਾਲ ਕਟਾ ਲੈਂਦੇ ਕੇਸ ਕਟਾ ਲੈਂਦੇ ਉਸ ਦੇ ਬਾਅਦ ਉਹ ਫਿਰ ਰੱਖ ਲੈਂਦੇ ਕੀ ਫਰਕ ਪੈਂਦਾ ਬਸ ਇਹੀ ਫਰਕ ਹੈ ਜਿਸ ਦੇ ਅੰਦਰ ਸਿੱਖੀ ਹੋਏਗੀ ਜਿਸ ਦੇ ਅੰਦਰ ਗੁਰੂ ਨਾਲ ਪਿਆਰ ਹੋਏਗਾ ਉਹ ਆਪਣੀ ਜਾਨ ਕੁਰਬਾਨ ਕਰ ਦੇਗਾ ਪਰ ਜਿਸ ਜਿਹੜਾ ਅਗਰ ਇਹ ਦਲੀਲ ਦੇ ਰਿਹਾ ਹੈ ਕਿ ਉਸ ਵੇਲੇ ਉਹਨਾਂ ਤੋਂ ਵੱਖ ਹੋ ਜਾਂਦਾ ਉਹਨਾਂ ਨੂੰ ਕਤਲ ਕਰ ਲੈਂਦਾ ਇਸ ਦਾ ਮਤਲਬ ਹੈ ਉਸ ਦੇ ਅੰਦਰ ਸਿੱਖੀ ਨਹੀਂ ਹੈ ਉਹ ਕੇਵਲ ਇੱਕ ਬਹਾਨਾ ਹੈ ਸਿੱਖੀ ਦੇ ਬੁੱਢਲੇ ਰੂਪ ਕੇਸਾਂ ਨੂੰ ਡਿਕਲੇਅਰ ਕਰਨਾ ਔਰ ਉਸ ਨੂੰ ਜ਼ਾਹਿਰ ਜ਼ਾਹਿਰ ਦਾ ਤੌਰ ਦੇ ਉੱਤੇ ਐਲਾਨੀਆਂ ਤੌਰ ਦੇ ਉੱਤੇ ਜ਼ਾਹਿਰ ਕਰਨਾ ਇਹੀ ਸਿੱਖੀ ਸੀ ਸਾਰੇ ਦਾ ਸਾਰਾ ਸਿੱਖ ਇਤਿਹਾਸ ਇਸੇ ਚੀਜ਼ ਨਾਲ ਪਰਿਆ ਹੈ ਕੇਵਲ ਇੱਕ ਖਵਾਲਾ ਕਾਫੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਜਨੇਊ ਦੀ ਖਾਤਰ ਜਦੋਂ ਜਨੇਊ ਦੀ ਗੱਲ ਕੀਤੀ ਜਦੋਂ ਉਹਨਾਂ ਨੂੰ ਜਨੇਊ ਪਾਣਾ ਸੀ ਤਾਂ ਉਸ ਵੇਲੇ ਦਾ ਵਰਣਨ ਸਾਰੀ ਬਰਾਦਰੀ ਇਕੱਠੀ ਹੋਈ ਸਾਰੇ ਲੋਕ ਇਕੱਠੇ ਹੋਏ ਸਾਰਾ ਸਮਾਨ ਇਕੱਠਾ ਹੋ ਗਿਆ ਉਹਦੇ ਲਈ ਤਿਆਰੀ ਕੀਤੀ ਗਈ ਉਹ ਦਵਿਜ ਜਨਮ ਕਿਹਾ ਜਾਂਦਾ ਹੈ ਦੂਸਰਾ ਜਨਮ ਕਿਹਾ ਜਾਂਦਾ ਹੈ ਸ਼ਾਸਤਰਾਂ ਦੇ ਮੁਤਾਬਕ ਗੁਰਨਾਨਕ ਸਾਹਿਬ ਨੇ ਨਾ ਨਹੀਂ ਕੀਤੀ ਬੈਠ ਗਏ ਵੇਦੀ ਗੱਡੀ ਗਈ ਪੰਡਤ ਹਰੀਦੇਵਾਲ ਵੀ ਆ ਗਏ ਸਾਰੀ ਬਰਾਦਰੀ ਇਕੱਠੀ ਹੋ ਗਈ ਜਿਸ ਵੇਲੇ ਗੁਰੂ ਸਾਹਿਬ ਨੂੰ ਜਨੇਊ ਪਾਣ ਲੱਗੇ ਉਸ ਵੇਲੇ ਗੁਰੂ ਸਾਹਿਬ ਨੇ ਹੱਥ ਫੜ ਲਿਆ ਕਹਿਣ ਲੱਗੇ ਕੀ ਹੈ ਉਹਨਾਂ ਨੇ ਕਿਹਾ ਜਨੇਊ ਹੈ ਉਹਨਾਂ ਨੇ ਗੁਰਨਾਨਕ ਸਾਹਿਬ ਨੇ ਪੁੱਛਿਆ 9 ਸਾਲ ਦੀ ਅਵਸਥਾ ਸੀ ਇਸ ਵਿੱਚ ਕੀ ਹੈ ਕਹਿਣ ਲੱਗੇ ਬੰਧਨ ਹੈ ਤਾਂ ਹਜ਼ੂਰ ਨੇ ਕਿਹਾ ਕਿ ਤੁਹਾਡੀਆਂ ਅੱਖਾਂ 'ਚ ਬੰਧਨ ਹੈ ਕੀ ਤੁਹਾਡੇ ਪੈਰਾਂ 'ਚ ਬੰਦਨ ਹੈ ਕੀ ਤੁਹਾਡੇ ਦੇਖਣ 'ਚ ਬੰਦਨ ਹੈ ਤਾਂ ਉਸ ਵੇਲੇ ਹਜ਼ੂਰ ਨੇ ਕਿਹਾ ਵੇ ਤੱਗਾ ਆਪੇ ਵੱਤੇ ਵੜ ਤੱਗੇ ਅਵਰਾ ਕੱਤੇ ਲੈ ਪਾੜ ਕਰੇ ਵਿਵਾ ਕੜ ਕਾਗਲ ਦੱਸੇ ਨਾ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾ ਸੁਝਾਂ ਬਹੁਤ ਸੋਹਣਾ ਜ਼ਿਕਰ ਪ੍ਰੋਫੈਸਰ ਮੋਹਨ ਸਿੰਘ ਨੇ ਕੀਤਾ ਨਾਨਕਾਇਣ ਦੇ ਵਿੱਚ ਪਿਆਰ ਨਾਲ ਸਮਝਾਇਆ ਮੁੜ ਮੁੜ ਹਰੀ ਦੀয়াল ਤੇ ਪਿਓ ਨੇ ਧਮਕਾਇਆ ਕੱਢ ਕੇ ਅੱਖਾਂ ਲਾਲ ਪਰ ਬਾਬਾ ਨਾ ਡੋਲਿਆ ਕਾਇਮ ਰੱਖਿਆ ਚਿੱਤ ਏਸੀ ਜੀਵਨ ਕੋਲ ਵਿੱਚ ਉਸ ਦੀ ਪਹਿਲੀ ਜਿੱਤ ਇਹ ਐਲਾਨੀਆਂ ਤੌਰ ਦੇ ਉੱਤੇ ਨਹੀਂ ਪਾਣਾ ਖਾਲੀ ਨਹੀਂ ਪਾਣਾ ਨਹੀਂ ਸੀ ਗੁਰੂ ਸਾਹਿਬ ਨਿਕਲ ਜਾਂਦੇ ਪਰ ਨਹੀਂ ਉਹਨਾਂ ਨੇ ਐਲਾਨ ਕਰਨਾ ਸੀ ਕਿ ਮੈਂ ਇਹੋ ਜੇ ਬੰਦਨਾ ਚ ਨਹੀਂ ਬੰਨਿਆ ਜਾਵਾਂਗਾ ਪਰ ਨਾਲ ਹੀ ਜਦੋਂ ਕਿਸੇ ਦੇ ਧਾਰਮਿਕ ਚਿੰਨ੍ਹ ਦੇ ਉੱਤੇ ਸਵਾਲ ਖੜਾ ਹੋਇਆ ਤਾਂ ਗੁਰਤੇਗ ਬਹਾਦਰ ਸਾਹਿਬ ਨੇ ਨਵੇਂ ਰੂਪ ਵਿੱਚ ਗੁਰੂ ਨਾਨਕ ਸਾਹਿਬ ਨੇ ਉਸੇ ਚਿੰਨ੍ਹ ਦੀ ਖਾਤਰ ਆਪਣੀ ਕੁਰਬਾਨੀ ਦੇ ਦਿੱਤੀ ਤਿਲਕ ਜੰਝੂ ਰੱਖਾ ਪ੍ਰਪਤਾਕ ਕੀਨੋ ਬੜੋ ਕਲੂ ਮੇ ਸਾਕਾ ਇਹ ਮਹਾਨ ਕੁਰਬਾਨੀ ਇਹ ਕਿਸੇ ਚਿੰਨ੍ਹ ਦੀ ਕਿਸੇ ਸਾਈਨ ਦੀ ਉਸ ਦੀ ਅਹਿਮੀਅਤ ਹੈ ਕਿ ਠੀਕ ਹੈ ਉਹ ਆਪ ਨਹੀਂ ਸੀ ਉਸ ਨੂੰ ਮੰਨਦੇ ਪਰ ਜਦੋਂ ਵੀ ਕਿਸੇ ਧਾਰਮਿਕ ਚਿੰਨ੍ਹ ਦੀ ਆਜ਼ਾਦੀ ਦੀ ਗੱਲ ਹੈ ਤੇ ਜੇਕਰ ਗੁਰੂ ਸਾਹਿਬ ਦੂਸਰੇ ਦੇ ਧਾਰਮਿਕ ਚਿੰਨ੍ਹ ਦੀ ਖਾਤਰ ਵੀ ਕੁਰਬਾਨੀ ਲਈ ਤਿਆਰ ਹੁੰਦੇ ਹਨ ਤੇ ਜਦੋਂ ਆਪਣੇ ਚਿੰਨਾ ਦੇ ਉੱਤੇ ਹਮਲਾਵਰ ਹੋਇਆ ਜਾਏ ਤਾਂ ਕੀ ਉਹ ਫਾਲੋਅਰ ਹੈ ਕੀ ਉਹ ਸਿੱਖ ਹੈ ਇਸ ਤੋਂ ਅਗਲੀ ਤਸਵੀਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਹੈ ਜਿਨ੍ਹਾਂ ਦੇ ਬਾਰੇ ਬੜੇ ਵਿਸਥਾਰ ਸਹਿਤ ਅਸੀਂ ਪਿਛਲੀ ਵਾਰ ਗੱਲ ਕੀਤੀ ਸੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਇਤਨੇ ਵਿਦਵਾਨ ਔਰ ਆਲਮ ਫਾਜ਼ਲ ਸਣ ਪਰ ਜਦੋਂ ਹਕੂਮਤ ਦੀ ਨੌਕਰੀ ਛੱਡ ਕੇ ਜਦੋਂ ਹਕੂਮਤ ਦਾ ਸਾਥ ਛੱਡ ਕੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਆਏ ਤਾਂ ਨਜ਼ਰਾਂ ਚੁੱਕੀਆਂ ਹੋਈਆਂ ਨਜ਼ਰਾਂ ਦੇ ਵਿੱਚ ਅਜੀਬ ਖੁਮਾਰੀ ਸੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਅਨੰਦ ਲਾਲ ਆ ਕੇ ਮੇਰੇ ਨਾਲ ਆਸਨ ਤੇ ਬੈਠੋ ਇਨਕਾਰ ਕਰ ਦਿੱਤਾ ਕਹਿਣ ਲੱਗੇ ਗੁਰੂ ਸਾਹਿਬ ਨੇ ਪੁੱਛਿਆ ਕੀ ਗੱਲ ਤੇ ਜਿਹੜੀ ਗੱਲ ਪਾਈ ਅਨੰਦ ਲਾਲ ਜੀ ਨੇ ਕਹੀ ਉਹ ਕਹਿਣ ਲੱਗੇ ਇੱਕ ਗੁਰੂ ਗੋਬਿੰਦ ਸਿੰਘ ਲੱਖਾਂ ਅਨੰਦ ਲਾਲ ਪੈਦਾ ਕਰ ਸਕਦੇ ਹਨ ਪਰ ਲੱਖਾਂ ਅਨੰਦ ਲਾਲ ਇਕੱਠੇ ਹੋ ਕੇ ਇੱਕ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ ਉਸ ਵੇਲੇ ਭਾਈ ਨੰਦ ਲਾਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਮਿਹਰ ਦੀ ਨਜ਼ਰ ਕਰੋ ਮੈਂ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਹਾਂ ਸਤਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਇਹ ਨਹੀਂ ਹੋ ਸਕਦਾ ਉਹ ਕਹਿਣ ਲੱਗੇ ਮੈਂ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਹਾਂ ਮੈਂ ਸਿੱਖੀ ਦੇ ਲਈ ਸਿੱਖੀ ਦੀ ਦਾਤ ਪ੍ਰਾਪਤ ਕਰਨ ਲਈ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ ਔਰ ਤੁਸੀਂ ਕਹਿੰਦੇ ਹੋ ਕਿ ਨਹੀਂ ਹੋ ਸਕਦਾ ਤਾਂ ਹਜ਼ੂਰ ਮੁਸਕਰਾ ਪਏ ਕਹਿਣ ਲੱਗੇ ਨੰਦ ਲਾਲ ਕਿ ਇਹ ਜਾਨ ਤੇਰੀ ਆਪਣੀ ਹੈ ਤੇਰੇ ਵੱਸ ਹੈ ਜਦੋਂ ਇਹ ਸਮਝ ਆ ਜਾਏ ਕਿ ਇਸ ਸਾਨੂੰ ਕੁਦਰਤੀ ਨਹੀਂ ਮਿਲਲੇ ਵਾਲ ਕੁਦਰਤ ਨੇ ਦਿੱਤੇ ਹਨ ਕੇਸ ਕੁਦਰਤ ਨੇ ਨਹੀਂ ਦਿੱਤੇ ਤਲਵਾਰ ਬਾਜ਼ਾਰੋਂ ਮਿਲ ਸਕਦੀ ਹੈ ਪਾਉ ਉਸ ਨੂੰ ਕਿਰਪਾਨ ਨਹੀਂ ਕੀਤਾ ਜਾ ਸਕਦਾ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਹਨ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਪਾਣੀ ਪੈਂਦੀ ਹੈ ਵਾਲ ਤਾਂ ਕੁਦਰਤ ਨੇ ਹਰ ਇੱਕ ਨੂੰ ਦਿੱਤੇ ਹਨ ਪਰ ਜਦੋਂ ਇਹਨਾਂ ਵਾਲਾਂ ਨੂੰ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੀ ਗੁਰੂ ਦੀ ਬਖਸ਼ਿਸ਼ ਸਮਝ ਕੇ ਰਹਿਤ ਸਮਝ ਕੇ ਜਦੋਂ ਧਾਰਨ ਕਰੇਗਾ ਫਿਰ ਇੱਕ ਇਸਾਂ ਵਿੱਚ ਤਬਦੀਲ ਹੋ ਜਾਂਦੇ ਹਨ ਇਸੇ ਲਈ ਵਾਲਾਂ ਵਾਲੇ ਵੀ ਸਿੱਖ ਵੀ ਬੇਨਤੀ ਕਰਦੇ ਹਨ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਇਹ ਕੇਸਦਾਨ ਹੈ ਇਹ ਵਾਲਾ ਨੂੰ ਗੁਰੂ ਦੀ ਬਖਸ਼ਿਸ਼ ਸਦਕਾ ਇਸ ਨੂੰ ਤਬਦੀਲ ਕਰ ਲਿਆ ਜਾਂਦਾ ਪਰ ਜਦੋਂ ਇਹ ਕੇਸ ਹੋ ਜਾਣਗੇ ਫਿਰ ਇਹ ਕੇਸ ਉਸ انسان ਦੇ ਉਸ ਸਿੱਖ ਦੇ ਨਹੀਂ ਰਹਿ ਜਾਂਦੇ ਉਸ ਦੇ ਬਾਰੇ ਗੁਰੂ ਸਾਹਿਬ ਦਾ ਹੁਕਮ ਹੈ ਕੇਸ ਆ ਸਾਡੀ ਮੋਹਰ ਹੈ ਕਿਸੇ ਮੋਹਰ ਦੇ ਨਾ ਤਾਂ ਰੰਗ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਨਾ ਹੀ ਉਸ ਦੇ ਡਿਜ਼ਾਈਨ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਨਾ ਹੀ ਉਸ ਦੇ ਵਿੱਚ ਕੀ ਕੋਈ ਕਿਸੇ ਮੁਲਕ ਦੇ ਝੰਡੇ ਦਾ ਰੰਗ ਬਦਲੀ ਕਰ ਸਕਦਾ ਹੈ ਕੀ ਉਸ ਦੇ ਟੋਟੇ ਕਰ ਸਕਦਾ ਹੈ ਕੀ ਉਸ ਦੀਆਂ ਲੀਰਾਂ ਕਰ ਸਕਦਾ ਹੈ ਤੇ ਜੇ ਕੇਸ ਗੁਰੂ ਦਾ ਚਿੰਨ੍ਹ ਹੈ ਗੁਰੂ ਦੀ ਰਹਿਮਤ ਹੈ ਗੁਰੂ ਦਾ ਸਾਈਨ ਹੈ ਗੁਰੂ ਦਾ ਸਿੰਬਲ ਹੈ ਤੇ ਇਸ ਦੇ ਉੱਤੇ ਕੋਈ ਬੇਹਰਮਤੀ ਕਰਨ ਵਾਲਾ ਫਿਰ ਵੀ ਆਪਣੇ ਆਪ ਨੂੰ ਕਿਹੜਾ ਲਕਬ ਕਿਹੜਾ ਰਤਬਾ ਹਾਸਲ ਕਰਨਾ ਚਾਹੁੰਦਾ ਇਸ ਤੋਂ ਅਗਲੀ ਤਸਵੀਰ ਏ ਕੇਸਾਂ ਦੇ ਖਾਤਰ ਜਿਨ੍ਹਾਂ ਨੇ ਮਹਾਨ ਸ਼ਹਾਦਤਾਂ ਦਿੱਤੀਆਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਹੜੇ ਇਤਨੇ ਮਹਾਨ ਵਿਦਵਾਨ ਸਣ ਜਿਹੜੇ ਹੈੱਡ ਗ੍ਰੰਥੀ ਸਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਪਾਵਨ ਬੀੜ ਨੂੰ ਸੰਪੂਰਨ ਕੀਤਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੀ ਸੰਪਾਦਨਾ ਕੀਤੀ ਔਰ ਜਿਸ ਵੇਲੇ ਮੌਕਾ ਆਇਆ ਸਿੱਖੀ ਕੇਸਾਂ ਸਵਾਸਾ ਸੰਗ ਨਿਬੰਧਿਆ ਹੋਇਆ ਇਹਨਾਂ ਨੇ ਹਕੂਮਤ ਨੂੰ ਕਹਿ ਦਿੱਤਾ ਉਸ ਜਲਾਦ ਨੂੰ ਕਿਹਾ ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਿਬ ਤਮਾਸ਼ਾ ਲਾਵਾਂਗੇ ਇਸ ਤੋਂ ਅਗਲੀ ਤਸਵੀਰ ਭਾਈ ਦਿਆਲਾ ਜੀ ਦੀ ਹੈ ਜਿਨ੍ਹਾਂ ਨੂੰ ਗੁਰਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਕੀਤਾ ਗਿਆ ਔਰ ਇਸ ਤੋਂ ਬਾਅਦ ਇਤਨਾ ਝਖੜ ਚੁਲਿਆ ਇਤਨੀ ਜ਼ਬਰਦਸਤ ਹਨੇਰੀ ਚੁੱਲੀ ਜਿਹੜੀ ਕਿ ਜ਼ੁਲਮ ਦੀ ਕਿ ਹਕੂਮਤ ਵੱਲੋਂ ਆਦੇਸ਼ ਜਾਰੀ ਹੋ ਗਿਆ ਨਾਨਕ ਪਰਸਤਾ ਦਾ ਹਰ ਕਾਜਾ ਕ ਬਿਆਬਨ ਬਾ ਕਤਲ ਰਸਾਨਾਂ ਜਿੱਥੇ ਵੀ ਨਾਨਕ ਪ੍ਰਸ ਨਜ਼ਰ ਆ ਜਾਏ ਉਸ ਦਾ ਕਤਲ ਕਰ ਦਿੱਤਾ ਜਾਏ ਨਾਨਕ ਪ੍ਰਸ ਦੀ ਨਿਸ਼ਾਨੀ ਕੀ ਸੀ ਜਿਸ ਦੇ ਸਿਰ ਦੇ ਉੱਤੇ ਵੀ ਕੇਸ ਹੋਣ ਕੇਸਾਂ ਵਾਲੇ ਜਿੱਥੇ ਵੀ ਕੋਈ ਨਰ ਨਾਰੀ ਬਾਲਕ ਮਿਲ ਜਾਏ ਉਸ ਦਾ 80 ਰੁਪਏ ਮੁੱਲ ਪੈਂਦਾ ਸੀ ਔਰ ਲੋਕ ਫੜ ਫੜ ਕੇ ਔਰਤਾਂ ਨੂੰ ਬੱਚਿਆਂ ਨੂੰ ਔਰ ਲੈ ਸ਼ਹੀਦ ਕਰ ਦਿੰਦੇ ਸਨ ਕਤਲ ਕਰਕੇ ਉਹਨਾਂ ਦੀ ਕੀਮਤ ਵਸੂਲ ਕਰਦੇ ਸਨ ਜਿਵੇਂ ਆਪ ਅਗਲੀ ਤਸਵੀਰ ਵਿੱਚ ਵੇਖ ਰਹੇ ਹੋ ਇਹ ਸਿੱਖਾਂ ਦੇ ਬਜ਼ੁਰਗਾਂ ਦੇ ਸਿਰ ਉਹਨਾਂ ਨੂੰ ਫੜ ਕੇ ਉਹਨਾਂ ਦੇ ਕਤਲ ਲਈ ਕਤਲਗਾਹ ਲਈ ਲੈ ਜਾ ਰਹੇ ਹਨ ਔਰ ਇਹਨਾਂ ਦੇ ਸਿਰ ਦੀ 80 80 ਰੁਪਏ ਕੀਮਤ ਉਹਨਾਂ ਦੀ ਵਸੂਲ ਕਰ ਰਹੇ ਹਨ ਕਹਿਣ ਦੀ ਜ਼ਰੂਰਤ ਨਹੀਂ ਕਿ ਕਿਸਾਂ ਵਾਲੇ ਸਿਰ ਦੀ ਕੀਮਤ ਪੈਂਦੀ ਸੀ ਮੁੰਨੇ ਹੋਏ ਸਿਰ ਦੀ ਤਾਂ ਕੋੜੀ ਮੁੱਲ ਵੀ ਨਹੀਂ ਸੀ ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਉਹ ਮਹਾਨ ਤਸਵੀਰ ਹੈ ਜਿਸ ਵੇਲੇ ਬਾਬਾ ਬੰਦਾ ਬਹਾਦਰ ਨੂੰ 700 ਸਿੱਖਾਂ ਸਮੇਤ ਜਦੋਂ ਦਿੱਲੀ ਦੇ ਵਿੱਚ ਲਿਆਂਦਾ ਗਿਆ ਤਾਂ ਉਸ ਵੇਲੇ ਜਿੰਨੇ ਸਿੱਖ ਸੀ ਉਹਨਾਂ ਸਾਰਿਆਂ ਨੂੰ ਫੜ ਕੇ ਬਾਸਾਂ ਦੇ ਉੱਤੇ ਉਹਨਾਂ ਦੇ ਸਿਰ ਟੰਗ ਦਿੱਤੇ ਗਏ ਔਰ ਉਹਨਾਂ ਦੇ ਕੇਸ ਖੋਲ ਕੇ ਪਿੱਛੇ ਸੁੱਟ ਦਿੱਤੇ ਗਏ ਤਾਂ ਕਿ ਦੱਸ ਦਿੱਤਾ ਜਾਏ ਕਿ ਹੁਣ ਤਾਂ ਸਿੱਖ ਕੋਈ ਵੀ ਬਾਕੀ ਨਹੀਂ ਬਚਿਆ ਸਿੱਖੀ ਕੇਸਾਂ ਸੰ ਨਿਭਾਣ ਦੀ ਸਿੱਖੀ ਦਾ ਇਤਿਹਾਸ ਕੇਸਾਂ ਦਾ ਇਤਿਹਾਸ ਹੈ ਕੇਸਾਂ ਦਾ ਇਤਿਹਾਸ ਸਿੱਖੀ ਦਾ ਇਤਿਹਾਸ ਹੈ ਇਸ ਤੋਂ ਅਗਲੀ ਤਸਵੀਰ ਇਹ ਉਹ ਇਤਿਹਾਸਕ ਘਟਨਾ ਹੈ ਜਦੋਂ ਪੀਰ ਬੁੱਧੂ ਸ਼ਾ ਸਡੋਰੇ ਵਾਲੇ ਜਿਨ੍ਹਾਂ ਨੇ ਪੀਰ ਸਾਹਿਬ ਨੇ ਆਪਣੇ ਪੰਜ ਸੋਮ ਰੀਤ ਔਰ ਤਿੰਨ ਬੱਚੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹਨਾਂ ਦੇ ਪੇਸ਼ ਕੀਤੇ ਔਰ ਉਹਨਾਂ ਦੀ ਹਾਜ਼ਰੀ ਵਿੱਚ ਹਾਜ਼ਰ ਹੋਏ ਔਰ ਲੜਦੇ ਹੋਏ ਗੁਰੂ ਸਾਹਿਬ ਦੇ ਵੱਲੋਂ ਮੁਗਲਿਆ ਸਲਤਨਤ ਮੁਗਲ اور ਪਹਾੜੀ ਰਾਜਿਆਂ ਦੇ ਖਿਲਾਫ ਲੜਦੇ ਹੋਏ ਇਹਨਾਂ ਨੇ ਮਹਾਨ ਕੁਰਬਾਨੀ ਦਿੱਤੀ ਜਦੋਂ ਇਹਨਾਂ ਦੇ ਤਿੰਨ ਬੱਚੇ ਸ਼ਹੀਦ ਹੋ ਗਏ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਿਆ ਪੀਰ ਸਾਹਿਬ ਨੂੰ ਜਿਨ੍ਹਾਂ ਨੂੰ ਪੀਰ ਬਦਰੂਦੀਨ ਨਾਂ ਸੀ ਪਰ ਉਹ ਆਪਣੇ ਆਪ ਨੂੰ ਪੀਰ ਬੁੱਧੂ ਸ਼ਾਹ ਕਹਾ ਕੇ ਜ਼ਿਆਦਾ ਫਖਰ ਮਹਿਸੂਸ ਕਰਦੇ ਸਨ ਤਾਂ ਹਜ਼ੂਰ ਨੇ ਪੁੱਛਿਆ ਪੀਰ ਸਾਹਿਬ ਮੈਂ ਤੁਹਾਨੂੰ ਕੀ ਦਵਾਂ ਤਾਂ ਜਿਹੜੀ ਉਹਨਾਂ ਨੇ ਮੰਗ ਕੀਤੀ ਜਿਹੜੀ ਪੀਰ ਸਾਹਿਬ ਨੇ ਪੀਰ ਬਦੂ ਸ਼ਾਹ ਜੀ ਨੇ ਜਿਹੜੀ ਮੰਗ ਕੀਤੀ ਉਹ ਸਾਡੇ ਲਈ ਚਾਨਣ ਮਨਾਰਾ ਹੈ ਉਹਨਾਂ ਨੇ ਇੱਕ ਬੇਨਤੀ ਕੀਤੀ ਕਿ ਹਜ਼ੂਰ ਜਿਹੜੇ ਤੁਸੀਂ ਕੇਸ ਵਾਹੇ ਹਨ ਇਹ ਕੰਗੇ ਨਾਲ ਲੱਗੇ ਕੇਸ ਹਨ ਇਹ ਬਖਸ਼ਿਸ਼ ਕਰ ਦਿਓ ਪੀਰ ਸਾਹਿਬ ਨੇ ਜਿਹੜੀ ਸਭ ਤੋਂ ਵੱਡ ਬੁੱਲੀ ਚੀਜ਼ ਗੁਰਗੋਬਿੰਦ ਸਿੰਘ ਸਾਹਿਬ ਦੀ ਉਹ ਕੇਸਾਂ ਦੀ ਨਿਸ਼ਾਨੀ ਜਿਹੜੀ ਕੰਗੇ ਦੇ ਵਿੱਚ ਹੈ ਉਹ ਉਹਨਾਂ ਨੇ ਹਾਸਲ ਕੀਤੀ ਜਿਹੜੀ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਸੁਰੱਖਿਅਤ ਹੈ ਇਹ ਕੀਮਤ ਉਹਨਾਂ ਨੇ ਆਪਣੇ ਤਿੰਨ ਪੁੱਤਰਾਂ ਦੀ ਸ਼ਹਾਦਤ ਔਰ 500 ਮੁਰੈਦਾਂ ਦੀ ਸ਼ਹਾਦਤ ਦੀ ਇਹ ਉਹਨਾਂ ਨੇ ਸਿਰੋਪਾਉ ਗੁਰੂ ਸਾਹਿਬ ਤੋਂ ਪ੍ਰਾਪਤ ਕੀਤਾ ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਹੈ ਜਿਨ੍ਹਾਂ ਬਾਰੇ ਅਸੀਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਪ੍ਰੋਫੈਸਰ ਪੂਰਨ ਸਿੰਘ ਉਹ ਮਹਾਨ ਸ਼ਖਸੀਅਤ ਸੀ ਜਿਹੜੇ ਕਿ ਸਾਇੰਟਿਸਟ ਸਨ ਪਰ ਜਿਸ ਵੇਲੇ ਇਹ ਜਾਪਾਨ ਗਏ ਤਾਂ ਉਸ ਵੇਲੇ ਐਸੀ ਸੰਗਤ ਇਹਨਾਂ ਨੂੰ ਮਿਲੀ ਕਿ ਇਹਨਾਂ ਨੇ ਆਪਣੇ ਕੇਸ ਕਤਲ ਕਰਵਾ ਦਿੱਤੇ ਜਦੋਂ ਵਾਪਸ ਕਲਕੱਤੇ ਆਏ ਤਾਂ ਇਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਮਿਲਣ ਦੇ ਲਈ ਸਟੇਸ਼ਨ ਉੱਥੇ ਕਲਕੱਤੇ ਪਹੁੰਚੇ ਜਦੋਂ ਕਾਟ ਦੇ ਉੱਤੇ ਪਹੁੰਚੇ ਤਾਂ ਮਾਂ ਨੇ ਜਿਸ ਵੇਲੇ ਵੇਖਿਆ ਕਿ ਕੋਨ ਮੋਨ ਸਾਧੂ ਦੇ ਰੂਪ ਵਿੱਚ ਉਹਨਾਂ ਦਾ ਉਹ ਰੂਪ ਸੀ ਜਿਸ ਨੂੰ ਵਾਰਿਸ ਸ਼ਾਹ ਨੇ ਲਿਖਿਆ ਸਿਰੋਂ ਕੋਨਿਆਂ ਕੋਨ ਮਨੋਨਿਆਂ ਓਏ ਜਿਵੇਂ ਚਾਕ ਤੋਂ ਲੱਥਿਆ ਲੋਟਿਆ ਹੋਏ ਉਸ ਤਰ੍ਹਾਂ ਦਾ ਉਹਨਾਂ ਦਾ ਸਰੂਪ ਸੀ ਤਾਂ ਬਾਪ ਨੇ ਤਾਂ ਕਹਿ ਦਿੱਤਾ ਮਰ ਗਿਆ ਪੂਰਨ ਸਿੰਘ ਦੂਸਰੇ ਪਾਸੇ ਚਲੇ ਗਏ ਪਰ ਮਾਂ ਨੇ ਉਸੇ ਵੇਲੇ ਅਰਦਾਸ ਕੀਤੀ اے ਸੱਚੇ ਬਾਦਸ਼ਾ ਇਸ ਨੂੰ ਸਿੱਖੀ ਦੀ ਦਾਤ ਬਖਸ਼ ਇਹ ਮਾਂ ਸੀ ਜਿਸ ਨੇ ਇਹ ਅਰਦਾਸ ਕੀਤੀ ਉਸ ਤੋਂ ਬਾਅਦ ਪੂਰਨ ਸਿੰਘ ਨੂੰ ਉਹ ਕਹਿਣ ਲੱਗੇ ਉਹਨਾਂ ਦੇ ਮਾਤਾ ਕਿ ਤੂੰ ਕਰ ਜਾ ਕੇ ਵਿਆਹ ਕਰਾਈ ਔਰ ਉਸ ਲੜਕੀ ਨਾਲ ਕਰਾਈ ਜਿਸ ਦੇ ਨਾਲ ਤੇਰਾ ਰਿਸ਼ਤਾ ਹੋਇਆ ਸੀ ਪੂਰਨ ਸਿੰਘ ਕਹਿਣ ਲੱਗੇ ਮੈਂ ਸੰਨਿਆਸੀ ਹਾਂ ਮੈਂ ਸੰਨਿਆਸ ਲੈ ਲਿਆ ਹੈ ਮੈਂ ਹੁਣ ਪਰਿਵਾਰ ਨਹੀਂ ਵਸਾ ਸਕਦਾ ਮਾਂ ਨੇ ਬੜਾ ਕਿਹਾ ਖੈਰ ਜਦੋਂ ਘਰ ਆਏ ਤਾਂ ਆਪਣੇ ਦਾਦਾ ਜੀ ਨੂੰ ਮਿਲਣ ਗਏ ਦਾਦਾ ਜੀ ਬੜੇ ਕਰੜੇ ਸੁਭਾਅ ਦੇ ਸਨ ਸਭ ਨੇ ਸੋਚਿਆ ਜਦੋਂ ਉਹਨਾਂ ਦਾ ਇਹ ਸੰਨਿਆਸੀਆਂ ਵਾਲਾ ਰੂਪ ਵੇਖਣਗੇ ਤਾਂ ਉਹ ਦਾਦਾ ਕਾਫੀ ਨਾਰਾਜ਼ ਹੋਣਗੇ ਪਰ ਨਹੀਂ ਕੁਝ ਨਹੀਂ ਬੋਲੇ ਕੋਈ ਗੱਲ ਨਹੀਂ ਕੀਤੀ ਕਾਫੀ ਦੇਰ ਤੱਕ ਪੂਰਨ ਸਿੰਘ ਜਿਸ ਵੇਲੇ ਬੈਠੇ ਰਹੇ ਜਦੋਂ ਜਾਣ ਲੱਗੇ ਤਾਂ ਦਾਦਾ ਜੀ ਨੇ ਕਿਹਾ ਪੂਰਨ ਸਿੰਘ ਮੇਰੀ ਇੱਕ ਗੱਲ ਮੰਨ ਲਵੀਂ ਪੂਰਨ ਸਿੰਘ ਕਹਿਣ ਲੱਗੇ ਦੱਸੋ ਕਹਿਣ ਲੱਗੇ ਤੂੰ ਵਿਆਹ ਨਾ ਕਰਾਈ ਇਹਨਾਂ ਦੇ ਮੂੰਹੋਂ ਨਿਕਲਿਆ ਕਿਉਂ ਕਹਿਣ ਲੱਗੇ ਤੇਰੀ ਮਾਂ ਨੇ ਵਿਆਹ ਕਰਾਇਆ ਤੇਰੇ ਵਰਗਾ ਕੋਨ ਮੋਨ ਜੰਮਿਆ ਐਸਾ ਨਾ ਹੋਏ ਤੂੰ ਵਿਆਹ ਕਰਾਈਂ ਤੇ ਕੋਈ ਮੁਸਲਮਾਨ ਜੰਮ ਦਵੇ ਉਹ ਕਿਸੇ ਦੇ ਖਿਲਾਫ ਨਹੀਂ ਸੀ ਪਰ ਇਹ ਉਹਨਾਂ ਦੇ ਅੰਦਰ ਦੀ वेदना ਸੀ ਉਹਨਾਂ ਦੇ ਅੰਦਰ ਦੀ ਤੜਪ ਸੀ ਜਿਹੜੀ ਬਾਹਰ ਆ ਗਈ ਖੈਰ ਪੂਰਨ ਸਿੰਘ ਦ੍ਰਿੜ ਇਰਾਦੇ ਦੇ ਸਨ ਉਹਨਾਂ ਨੇ ਵਿਆਹ ਕਰਾਇਆ ਉਹਨਾਂ ਦੇ ਬੱਚੇ ਵੀ ਹੋਏ ਕਾਫੀ ਚਿਰ ਦੇ ਬਾਅਦ ਸਿਆਲਕੋਟ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲੋਂ ਆਰਗੇਨਾਈਜ਼ ਕੀਤੀ ਜਾਂਦੀ ਸੀ ਸਿੱਖ ਐਜੂਕੇਸ਼ਨਲ ਕਾਨਫਰੰਸ ਉਸ ਦੇ ਵਿੱਚ ਜਦੋਂ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ ਅਨਾਉਂਸ ਕਰਨਾ ਸੀ ਜਦੋਂ ਨਾਮਜ਼ਦ ਕਰਨਾ ਸੀ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਲਿਆ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਸ ਸਮਾਗਮ ਦੇ ਵਿੱਚ ਉਸ ਸਿੱਖੀ ਦੇ ਸਮਾਗਮ ਦੇ ਵਿੱਚ ਮੁੱਖ ਬੁਲਾਰਾ ਪੂਰਨ ਸਿੰਘ ਹੋਏਗਾ। ਰੋਲਾ ਪੈ ਗਿਆ ਕਿ ਪੂਰਨ ਸਿੰਘ ਤਾਂ ਖੁਦ ਪਤਿਤ ਹੈ। ਉਹ ਕਿਸ ਤਰ੍ਹਾਂ ਸਿੱਖੀ ਦੇ ਸਮਾਗਮ ਵਿੱਚ ਬੋਲ ਸਕਦਾ ਹੈ? ਕਈ ਲੋਕ ਭਾਈ ਸਾਹਿਬ ਦੇ ਕੋਲ ਗਏ ਪਰ ਭਾਈ ਸਾਹਿਬ ਰੂਹਾਨੀਅਤ ਦੇ ਉਹ ਬੰਜਸਮਾ ਸਨ। ਉਹਨਾਂ ਦੇ ਅੰਦਰ ਸ਼ਰਧਾ ਅਟੁੱਟ ਵਿਸ਼ਵਾਸ ਔਰ ਭਰੋਸਾ ਸੀ ਭਾਈ ਸਾਹਿਬ ਨੇ ਇਨਕਾਰ ਕਰ ਦਿੱਤਾ ਪੂਰਨ ਸਿੰਘ ਦੇ ਕੁਝ ਰਿਸ਼ਤੇਦਾਰ ਵੀ ਉਹਨਾਂ ਕੋਲ ਗਏ ਭਾਈ ਸਾਹਿਬ ਤੁਸੀਂ ਘੱਟੋ ਘੱਟ ਉਹਨੂੰ ਇਹ ਤਾਂ ਕਹਿ ਦਿਓ ਕਿ ਕੇਸ ਰੱਖ ਲਵੇ ਭਾਈ ਵੀਰ ਸਿੰਘ ਜੀ ਨੇ ਕਿਹਾ ਨਹੀਂ ਕਵਾਂਗਾ ਜਿਹੜੀ ਕੋਈ ਕੇਸ ਕੋਈ ਦਲੀਲ ਦੇ ਕੇ ਕਰਖਵਾਏਗਾ ਕੋਈ ਹੋਰ ਵਿਅਕਤੀ ਹੋਰ ਕੋਈ ਦਲੀਲ ਦੇ ਕੇ ਉਹ ਕੇਸ ਕਟਵਾ ਦੇਗਾ ਜਿਹੜੇ ਉਹਦੇ ਅੰਦਰੋਂ ਉੱਗਣਗੇ ਉਹ ਪੱਕੇ ਹੋਣਗੇ ਉਸ ਨੂੰ ਕੋਈ ਨਹੀਂ ਹਟਾ ਸਕੇਗਾ ਮੁਖਤਸਰ ਜਦੋਂ ਸਮਾਗਮ ਸ਼ੁਰੂ ਹੋਇਆ ਪ੍ਰੋਫੈਸਰ ਪੂਰਨ ਸਿੰਘ ਸਟੇਜ ਦੇ ਉੱਤੇ ਆਏ ਔਰ ਉਹਨਾਂ ਨੇ ਆ ਕੇ ਜਿਸ ਵੇਲੇ ਬੋਲਣਾ ਸ਼ੁਰੂ ਕੀਤਾ ਉਹ ਕਹਿਣ ਲੱਗੇ ਮੈਂ ਸਿੱਖ ਨਹੀਂ ਹਾਂ ਮੈਂ ਸੰਨਿਆਸੀ ਹਾਂ ਤੁਸੀਂ ਸਿੱਖੋ ਮੈਨੂੰ ਤਾਂ ਬਹੁਤ ਫਖਰ ਹੈ ਆਪਣੇ ਸੰਨਿਆਸ ਦੇ ਉੱਤੇ ਕਿ ਜਦੋਂ ਮੇਰੀ ਮਾਂ ਮੈਨੂੰ ਛਾਤੀ ਨਾਲ ਲਾ ਕੇ ਰੋਈ ਸੀ ਜਦੋਂ ਉਸਨੇ ਪੁੱਬਾਂ ਮਾਰੀਆਂ ਸੀ ਮੇਰਾ ਕੋਈ ਅਥਰੂ ਨਹੀਂ ਨਿਕਲਿਆ ਮੈਂ ਕੋਈ ਅਥਰੂ ਨਹੀਂ ਵਗਾਇਆ ਮੈਨੂੰ ਫਖਰ ਹੈ ਕਿ ਮੇਰਾ ਸੰਨਿਆਸ ਇਤਨਾ ਪਰਪੱਕ ਹੋ ਚੁੱਕਾ ਹੈ ਮੈਂ ਸਭ ਤੋਂ ਆਪਣੇ ਆਪ ਨੂੰ ਉਪਰਾਮ ਕਰ ਚੁੱਕਾ ਹਾਂ ਪੂਰਨ ਸਿੰਘ ਕਹਿਣ ਲੱਗੇ ਕਿ ਮੈਂ ਸੰन्यास ਸਨਿਆਸੀ ਦਾ ਧਰਮ ਅਪਣਾਇਆ ਹੈ ਮੇਰੇ ਸਾਹਮਣੇ ਜੇਕਰ ਕੋਈ ਮੇਰੀ ਮਾਂ ਦੀ ਇੱਜ਼ਤ ਲੁੱਟੇ ਜਾਂ ਮੇਰੀ ਭੈਣ ਦੀ ਇੱਜ਼ਤ ਲੁੱਟੇ ਤਾਂ ਮੈਂ ਅੱਖਾਂ ਖੋਲ ਕੇ ਬੰਦ ਕਰ ਲਵਾਂਗਾ ਕਵਾਂਗਾ ਸਭ ਵਿਥਿਆ ਹੈ ਪਰ ਤੁਹਾਡੇ ਲਈ ਨਹੀਂ ਤੁਹਾਨੂੰ ਤਾਂ ਗੁਰਗੋਬਿੰਦ ਸਿੰਘ ਨੇ ਸਿਖਾਇਆ ਹੈ ਚੁਕਾਰ ਆਜ਼ਮਾ ਹੀਲਤੇ ਦਰਗੁਜ਼ਸ਼ਤ ਹਲਾਲ ਅਸਤ ਬਰਦਨ ਬਸ਼ਮਸ਼ੀਰੇ ਦਸ ਇਹ ਪੂਰਨ ਸਿੰਘ ਬੋਲ ਰਿਹਾ ਸੀ बोल ही गए काफी देर तक बोलने दे के बाद जबो पूरन सिंह बैठ गए भाई वीर सिंह जी होले होले पूरन सिंह दे छोटे-छोटे बालਾਂ ਦੇ ਵਿੱਚ ਉਹ ਨਿੱਕੇ-ਨਿੱਕੇ ਵਾਲਾਂ ਚ ਆਪਣਾ ਹੱਥ ਫੇਰਦੇ ਰਹੇ। और भाई साहब ਦੇ ਮੂੰਹੋਂ ਨਿਕਲਿਆ पूरन सिंह ਮੋਨਿਆਂ ਦੇ ਵਾਲ ਤਾਂ ਇਤਨੇ ਨਰਮ ਨਹੀਂ ਹੁੰਦੇ। एकदम पूरन सिंह ਬੋਲਿਆ ਮੈਂ ਮੋਨਾ ਥੋੜ੍ਹੀ ਹਾਂ। ਬਸ ਇਤਨੀ ਗੱਲਬਾਤ ਹੋਈ ਕਾਰਾ ਕੇ ਆਪਣੀ ਵੋਟੀ ਨੂੰ ਕਹਿਣ ਲੱਗੇ ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕਟਾ ਸਕਦਾ ਉਹ ਕਹਿਣ ਲੱਗੀ ਪਹਿਲੇ ਤੂੰ ਰੱਖੇ ਫਿਰ ਕਟਾਏ ਹੁਣ ਫਿਰ ਤੂੰ ਕਹਿਣਾ ਇਹ ਕੀ ਡਰਾਮਾ ਹੈ ਜੋ ਤੂੰ ਹੈ ਠੀਕ ਹੈ ਕਹਿਣ ਲੱਗਾ ਨਹੀਂ ਭਾਈ ਵੀਰ ਸਿੰਘ ਨੇ ਇਹਨਾਂ ਵਾਲਾਂ ਨੂੰ ਹੁਣ ਕੇਸ ਬਣਾ ਦਿੱਤਾ ਹੁਣ ਇਹਨਾਂ ਨੂੰ ਹੱਥ ਲਾ ਕੇ ਉਹਨਾਂ ਨੇ ਮੈਨੂੰ ਦੱਸ ਦਿੱਤਾ ਮੈਨੂੰ ਇਹ ਸਮਝਾ ਦਿੱਤਾ ਕਿ ਇਹ ਕੇਸ ਦਰਅਸਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਮੈਨੂੰ ਮਿਲਿਆ ਹੋਇਆ ਦਾਜ ਸੀ ਉਹ ਦਾਜ ਛੱਡ ਕੇ ਮੈਂ ਵਿਧਵਾ ਹੋਣ ਦਾ ਦੁੱਖ ਦੇਖ ਚੁੱਕਾ ਹਾਂ ਹੁਣ ਇਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਕਟਾ ਸਕਦੀ ਸੋ ਇਫ ਪ੍ਰੋਸਾ ਸੀ ਇਹ ਸਿਦਕ ਸੀ ਔਰ ਬਾਅਦ ਵਿੱਚ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੌਮ ਦਾ ਕੁਝ ਬਣ ਜਾਏ ਕੌਮ ਦੇ ਵਿੱਚ ਕੁਝ ਤਬਦੀਲੀ ਆ ਜਾਏ ਤਾਂ ਤੁਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਰਗੇ ਕੁਝ ਹੋਰ ਸ਼ਖਸ ਪੈਦਾ ਕਰੋ ਜਿਨ੍ਹਾਂ ਨੇ ਮੇਰੇ ਵਰਗੇ ਨਾਸਤਕ ਨੂੰ ਵੀ ਆਸਤਕ ਵਿੱਚ ਤਬਦੀਲ ਕਰ ਦਿੱਤਾ ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਬਹੁਤ ਅਹਿਮ ਹੈ ਇਹ ਮਹਾਰਾਜਾ ਦਲੀਪ ਸਿੰਘ 6 ਸਾਲ ਦੇ ਸਨ ਜਿਸ ਵੇਲੇ ਇਹਨਾਂ ਨੂੰ ਅੰਗਰੇਜ਼ ਲਾਰਡ ਦਲਹੋਜ਼ੀ ਨੇ ਆਪਣੀ ਕਸਟਡੀ ਚ ਲਿਆ ਔਰ ਇਹਨਾਂ ਨੂੰ ਲੈ ਕੇ ਤੇ ਕਲਕੱਤੇ ਦੇ ਵਿੱਚ ਲੈ ਗਏ ਉੱਥੇ ਦਲੀਪ ਸਿੰਘ ਨੂੰ ਲੈ ਜਾਣ ਦੇ ਬਾਅਦ ਲੇਡੀ ਲੌਗਿੰਸ ਦੀ ਉਹਨਾਂ ਦੀ ਸਰਪ੍ਰਸਤੀ ਵਿੱਚ ਇਹਨਾਂ ਨੂੰ ਰੱਖਿਆ ਗਿਆ ਔਰ ਪੰਡਤ ਪਜਨ ਲਾਲ ਉਹਨਾਂ ਨੂੰ ਇਹਨਾਂ ਦੀ ਪੜ੍ਹਾਈ ਲਿਖਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਇੱਕ ਸਾਲ ਦੇ ਬਾਅਦ ਬਿਸ਼ਪ ਜੇ ਜੇ ਔਰ ਚੈਪਲਨ ਕਲਕੱਤੇ ਦਾ ਜੋ ਵਿਕਟੋਰੀਆ ਮੈਮੋਰੀਅਲ ਦੇ ਕੋਰ ਜਿਹੜਾ ਚਰਚ ਹੈ ਉਸ ਦੇ ਵਿੱਚ ਇਹਨਾਂ ਨੂੰ ਇਸਾਈਅਤ ਦੇ ਵਿੱਚ ਕ੍ਰਿਸਚੀਅਨਿਟੀ ਵਿੱਚ ਕਨਵਰਟ ਕੀਤਾ ਗਿਆ ਲੇਡੀ ਲੌਗਿੰਸ ਦੀਆਂ ਰੀਕਲੈਕਸ਼ਨ ਜਿਹੜੀਆਂ ਛਪੀਆਂ ਹਨ ਪਾਸ਼ਾ ਵਿਭਾਗ ਪੰਜਾਬ ਸਰਕਾਰ ਨੇ ਛਾਪੀਆਂ ਹਨ ਉਹ ਲਿਖਿਆ ਹੈ ਕਿ ਜਦੋਂ ਚਰਚ ਦੇ ਵਿੱਚ ਇਹਨਾਂ ਨੂੰ 크ਿਸਚੀਅਨਿਟੀ ਚ ਕਨਵਰਟ ਕੀਤਾ ਗਿਆ ਤਾਂ ਜਿੰਨੇ ਵੀ ਉੱਥੇ ਪੰਜਾਬੀ ਸਨ ਸਾਰਿਆਂ ਦੇ ਚਿਹਰੇ ਤੇ ਉਦਾਸੀ ਸੀ ਬਹੁਤ ਮਾਇੂਸ ਸਨ ਪਰ ਇਹਨਾਂ ਨੂੰ 크ਿਸਚੀਅਨ ਬਣਾਉਣ ਦੇ ਬਾਵਜੂਦ ਉਹਨਾਂ ਨੇ ਇਹਨਾਂ ਦੇ ਕੇਸ ਕਤਲ ਨਹੀਂ ਕੀਤੇ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਸਦੇ ਬਾਅਦ 8 ਮਾਰਚ 1853 ਨੂੰ ਲੇਡੀ ਲੌਗਿੰਸ ਦੀ ਰੀ ਕਲੈਕਸ਼ਨਸ ਵਿੱਚ ਲਿਖਿਆ ਕਿ ਦਲੀਪ ਸਿੰਘ ਨੇ ਬਹੁਤ ਸੋਹਣੀ ਰੰਗ-ਬਰੰਗੀ ਦਸਤਾਰ ਪਾਈ ਹੋਈ ਸੀ ਰੰਗ-ਬਰੰਗੀ ਦਸਤਾਰ ਸੀ ਔਰ ਉਹ ਦਸਤਾਰ ਉਤਾਰ ਕੇ ਉਹਨਾਂ ਦੇ ਕੇਸ ਕੱਟੇ ਗਏ ਔਰ ਉਸਦੇ ਬਾਅਦ ਲੇਡੀ ਲੌਗਿੰਸ ਨੇ ਲਿਖਿਆ ਅੱਜ ਉਹਨਾਂ ਦੇ ਕੇਸ ਕੱਟਣ ਤੋਂ ਬਾਅਦ ਦਲੀਪ ਸਿੰਘ ਦਾ ਰਿਸ਼ਤਾ ਗੁਰਨਾਨਕ ਨਾਲੋਂ ਤੋੜ ਦਿੱਤਾ ਗਿਆ। ਸੋ ਬੜਾ ਆਸਾਨ ਤਰੀਕਾ ਹੈ ਗੁਰਨਾਨਕ ਨਾਲੋਂ ਰਿਸ਼ਤਾ ਤੋੜਨ ਦਾ ਕਿ ਸਿੱਖੀ ਦੀ ਨਿਸ਼ਾਨੀ ਜਿਹੜੀ ਗੁਰਨਾਨਕ ਸਾਹਿਬ ਨੇ ਦਿੱਤੀ ਉਸ ਨੂੰ ਉਸ ਨਾਲੋਂ ਆਪਣਾ ਨਾਤਾ ਤੋੜ ਲਿਆ ਜਾਏ। ਜਦੋਂ ਉਹਨਾਂ ਦੀ ਮਾਤਾ ਨੂੰ ਮਹਾਰਾਣੀ ਜਿੰਦਾ ਨੂੰ ਦਲੀਪ ਸਿੰਘ ਮਿਲੇ ਤਾਂ ਉਸ ਵੇਲੇ ਮਾਤਾ ਜਿੰਦਕੌਰ ਉਹਨਾਂ ਦੇ ਮਾਤਾ ਉਹ ਅੱਖਾਂ ਤੋਂ ਅਗਲੀ ਤਸਵੀਰ ਜਿਹੜੀ ਆਪ ਦੇਖ ਰਹੇ ਹੋ ਕਿ ਇਹ ਮਹਾਰਾਣੀ ਜਿੰਦਾ ਜਿਸ ਵੇਲੇ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਅਨਦੀ ਅੱਖਾਂ ਦੀ ਰੋਸ਼ਨੀ ਨਹੀਂ ਸੀ ਪਰ ਉਹਨਾਂ ਨੇ ਜਿਸ ਵੇਲੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਫੇਰਿਆ ਤਾਂ ਮਾਂ ਨੇ ਕਿਹਾ ਬੇਟਾ ਮੈਂ ਆਪਣਾ ਸੁਹਾਗ ਵਾਪਸ ਨਹੀਂ ਲਿਆ ਸਕਦੀ ਮੈਂ ਤੇਰਾ ਖੁੱਸਾ ਹੋਇਆ ਰਾਜ ਵਾਪਸ ਨਹੀਂ ਲਿਆ ਸਕਦੀ ਮੈਂ ਹੋਰ ਗੁਰਗੋਬਿੰਦ ਸਿੰਘ ਸਾਹਿਬ ਦੀਆਂ ਨਿਸ਼ਾਨੀਆਂ ਜਿਹੜੇ ਡਲਹੌਜ਼ੀ ਲੈ ਗਿਆ ਹੈ ਉਹ ਚੀਜ਼ਾਂ ਨਹੀਂ ਲਿਆ ਸਕਦੀ ਮੈਂ ਕੋਈ ਚੀਜ਼ ਵਾਪਸ ਨਹੀਂ ਲਿਆ ਸਕਦੀ ਪਰ ਉਹਨਾਂ ਦੇ ਜਾਣ ਦਾ ਮੈਨੂੰ ਇਤਨਾ ਦੁੱਖ ਨਹੀਂ ਹੋਇਆ ਜਿਹੜਾ ਅੱਜ ਤੇਰੇ ਸਿਰ ਦੇ ਉੱਤੇ ਮੈਂ ਹੱਥ ਫੇਰ ਕੇ ਮੈਂ ਜੋ ਦੁੱਖ ਮਹਿਸੂਸ ਕਰ ਰਹੀ ਹਾਂ ਇਹ ਮਾਂ ਦਾ ਫਰਜ਼ ਜਿਹੜਾ ਮਹਾਰਾਣੀ ਜਿੰਦਾ ਨੇ ਨਿਭਾਇਆ ਔਰ ਇਸ ਨੂੰ ਫਲ ਲੱਗਾ ਕਿ ਮਹਾਰਾਜਾ ਦਲੀਪ ਸਿੰਘ ਜਦੋਂ ਜਵਾਨ ਹੋਏ ਤਾਂ ਉਹਨਾਂ ਨੇ ਅਦਨ ਦੇ ਵਿੱਚੋਂ ਬਾਹਰੋਂ ਜਾ ਕੇ ਉਹਨਾਂ ਨੇ ਚਿੱਠੀ ਲਿਖੀ ਖਾਲਸਾ ਜੀ ਨੂੰ ਚਿੱਠੀ ਲਿਖੀ ਔਰ ਕਿਹਾ ਕਿ ਮੈਂ ਬਹੁਤ ਛੋਟਾ ਸੀ ਜਦੋਂ ਮੇਰਾ ਧਰਮ ਤਬਦੀਲ ਕਰ ਦਿੱਤਾ ਗਿਆ ਮੈਂ ਗੁਰੂ ਦੇ ਉਸ ਦਿਸ਼ਾਨੀ ਨੂੰ ਤਿਲੰਝਲੀ ਦੇ ਚੁੱਕਾ ਮੈਨੂੰ ਨਹੀਂ ਸੀ ਪਤਾ ਕਿ ਇਸ ਦੀ ਕੀਮਤ ਕੀ ਹੈ ਮੈਂ ਤੁਹਾਡਾ ਆਪਣਾ ਖੂਨ ਆਪਣਾ ਤੁਹਾਡਾ ਬਲੱਡ ਆਪਣੀ ਤੁਹਾਡਾ ਸਾਰਾ ਕੁਛਾਂ ਮੈਨੂੰ ਮaaf ਕੀਤਾ ਜਾਏ ਮੈਨੂੰ ਮਾਫੀ ਦੀ ਬਖਸ਼ਿਸ਼ ਕੀਤੀ ਜਾਏ ਜਿਹੜੀ ਮਹਾਰਾਜਾ ਦਲੀਪ ਸਿੰਘ ਨੇ ਉਸ ਵੇਲੇ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਜਿਹੜੇ ਲੈਣਾ ਸਿੰਘ ਸੰਧਾਵਾਲੀਆ ਦੇ ਬੇਟੇ ਸਨ ਲੈਣਾ ਸਿੰਘ ਸੰਧਾਵਾਲੀਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਕਈ ਬੰਦੇ ਕਤਲ ਕੀਤੇ ਹਾਲਾਂ ਮਹਾਰਾਜਾ ਰਣਜੀਤ ਸਿੰਘ ਨੇ ਲੈਣਾ ਸਿੰਘ ਸੰਧਾਵਾਲੀਆ ਨੂੰ ਜਿਹੜਾ ਖਿਤਾਬ ਦਿੱਤਾ ਸੀ ਉਹ ਕਮਾਲ ਦਾ ਸੀ ਨਿਰਮਲ ਬੁੱਧ ਦਰਸ਼ਨ ਸ਼ੁੱਧ ਸਰਦਾਰ ਬਾਵਕਾਰ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਪਰ ਉਹਨਾਂ ਨੇ ਜਿਸ ਢੰਗ ਦੇ ਨਾਲ ਪੂਰੇ ਖਾਲਸਾ ਪਰਿਵਾਰ ਖਾਲਸਾ ਰਾਜ ਨੂੰ ਤਬਾਹ ਕੀਤਾ ਔਰ ਉਹਨਾਂ ਦੇ ਬੇਟੇ ਠਾਕਰ ਸਿੰਘ ਸੰਧਾਵਾਲੀਆ ਜਿਹੜੇ ਅੰਮ੍ਰਿਤਸਰ ਦੇ ਐਕਸਟਰਾ ਅਸਿਸਟੈਂਟ ਡਿਪਟੀ ਕਮਿਸ਼ਨਰ ਬਣੇ ਪਰ ਉਹਨਾਂ ਦੇ ਵਿੱਚ ਇਤਨੀ ਤਬਦੀਲੀ ਆਈ ਉਹਨਾਂ ਨੇ ਉਸ ਗੌਰਵ ਨੂੰ ਵਾਪਸ ਲਿਆਉਣ ਲਈ ਉਹਨਾਂ ਨੇ ਆਪਣੇ ਬਾਪ ਦੇ ਉਹਨਾਂ ਕਾਲੇ ਕਾਰਨਾਮਿਆਂ ਨੂੰ ਤੋੜਨ ਲਈ ਉਹਨਾਂ ਨੇ ਸਿੰਘ ਸਭਾ ਕਾਇਮ ਕੀਤੀ ਔਰ ਮਹਾਰਾਜਾ ਦਲੀਪ ਸਿੰਘ ਨੂੰ ਦੁਬਾਰਾ ਮੁੜ ਅੰਮ੍ਰਿਤ ਛਕਾਣ ਲਈ ਉਹਨਾਂ ਨੇ ਪ੍ਰੇਰਣਾ ਦਿੱਤੀ ਜਿਹੜੀ ਮਹਾਰਾਜਾ ਦਲੀਪ ਸਿੰਘ ਨੇ ਜਿਹੜੀ ਚਿੱਠੀ ਪੰਜਾਬ ਦੇ ਖਾਲਸਾ ਜੀ ਨੂੰ ਲਿਖੀ ਅਸੀਂ ਚਾਹਾਂਗੇ ਉਹ ਆਪ ਦੀ ਨਜ਼ਰ ਜ਼ਰੂਰ ਕੀਤੀ ਜਾਏ ਜਿਹੜੀ ਸਿੱਖ ਧਰਮਾਂ ਦੇ ਬੀਬੀ ਜੀ ਆਪ ਨੂੰ ਉਹ ਚਿੱਠੀ ਪੜ੍ਹ ਕੇ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਪੰਜਾਬ ਦੇ ਵਿੱਚ ਆਪਣੇ ਗੁਰੂਪੰਥ ਨੂੰ ਗੁਰਪਾਈਆਂ ਨੂੰ ਲਿਖੀ ਗਈ ਉਹ ਆਪ ਹੁਣ ਇਸ ਵੀਡੀਓ ਦੇ ਵਿੱਚ ਉਹ ਚਿੱਠੀ ਦੇਖਣ Tragic letter written by Dalip Singh, the son of Maharaja Ranjit Singh. My beloved countrymen, it was not my intention ever to return to reside in India, but Satguru, who governs all destiny and is more powerful than I, his erring creature, has caused circumstances to be so brought about that against my will, I am compelled to quit India in order to occupy a humble sphere in india i submit to his will being persuaded that whatever is for the best will happen i now therefore beg forgiveness of you kalsoji for having forsaken the faith of my ancestors for a foreign religion but i was very young when i embraced christianity it is my fond desire on reaching bombay to take the bahul again and I sincerely hope for your prayers to the Satguru on that solemn occasion. I am compelled to write this to you because I am not permitted to visit you in the Punjab as I had much hoped to do. Truly a noble reward for my unwavering loyalty to the Empress of India, but Satguru's will be done. With wahiguru Ji Ki Fateh, I remain, my beloved countrymen, your own flesh and blood, Dalip Singh. ਅਖੀਰ ਦੇ ਵਿੱਚ ਜਿਹੜੀ ਅਗਲੀ ਤਸਵੀਰ ਹੈ ਇਹ ਦਰਦਨਾਕ ਤਸਵੀਰ 1984 ਦੇ ਉਸ ਸਾਕੇ ਦੀ ਹੈ ਜਿਹੜੇ ਅੱਜ ਦੇ ਭਾਈ ਤਾਰੂ ਸਿੰਘ ਦੀ ਦੁਬਾਰਾ ਦਾਸਤਾਨ ਕਹਿ ਰਹੀ ਹੈ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਉਹਨਾਂ ਦੇ ਕੇਸ ਨਹੀਂ ਸੀ ਕੱਟਣ ਹੋਏ ਇਸ ਤਸਵੀਰ ਵਿੱਚ ਵੀ ਕਿਸੇ ਇਸ ਮਾਤਾ ਦੇ ਬੱਚੇ ਨੂੰ ਉਹਦਾ ਵੀ ਖੋਪਰੀ ਸਵੇਤ ਉਹਦੇ ਕੇਸ ਕੈਸਾ ਸਣੇ ਉਸ ਖੋਪਰੀ ਨੂੰ ਦਿਖਾ ਰਹੀ ਹੈ ਜਿਹੜੀ ਉਤਾਰ ਦਿੱਤੀ ਗਈ ਅਖੀਰ ਦੇ ਵਿੱਚ ਇਸ ਤੋਂ ਜਿਹੜੀ ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਦਾਸ ਦੇ ਪਿਤਾ ਜੀ ਜਿਨ੍ਹਾਂ ਨੇ ਉਸ ਵੇਲੇ ਇੱਕ वेदना ਇਹਨਾਂ ਦੇ ਮਨ ਦੀ वेदना ਸੀ ਜਿਹੜੀ ਆਪ ਨਾਲ ਸਾਂਝੀ ਕਰਕੇ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ ਇਹਨਾਂ ਨੇ ਜੋ ਉਸ ਵੇਲੇ ਲਿਖਿਆ ਸੀ ਸਿੱਖੀ ਦੇ ਜਾਮੇ ਵਿੱਚ ਪੇਕੀ ਸਿੱਖਾ ਹੋਏ ਤੈਨੂੰ ਹੋਸ਼ ਕਦੋਂ ਫਿਰ ਆਵੇਗੀ ਕੀ ਉਦੋਂ ਜਦ ਮੌਤ ਦਾ ਨਗਾਰਾ ਵੱਜੇਗਾ ਜਮਦੂਤ ਤੇਰੇ ਵੱਲ ਭੱਜੇਗਾ ਤੇਰੇ ਗਲ ਵਿੱਚ ਕੰਗਰੂ ਵੱਜੇਗਾ ਰੂਹ ਆਕਾਸ਼ਾਂ ਵੱਲ ਨੂੰ ਭੱਜੇਗਾ ਤੇਰੇ ਭੈਣ ਭਾਈ ਸਭ ਰੋਵਣਗੇ ਤੂੰ ਬਿਟ ਬਿਟ ਸਭ ਵੱਲ ਤੱਕੇਗਾ ਸਬੰਧੀਆਂ ਮਨ ਵਿੱਚ ਰਹਿ ਜਾਸਣ ਕੁਝ ਮੂੰਹ ਤੋਂ ਬੋਲ ਨਾ ਸਕੇਗਾ ਜਦ ਹੋਸ਼ ਠਿਕਾਣੇ ਆਉਣਗੇ ਤੇ ਗਿੜਗਿੜ ਤਰਲੇ ਪਾਵੇਂਗਾ ਜੋ ਪੰਥ ਤਰੋਈ ਕੀਤੀ ਆ ਉਹਦੇ ਤੇ ਪਛਤਾਵੇਂਗਾ ਫਿਰ ਪ੍ਰੀਤਮ ਬਾਜੋਂ ਕਿਹੜਾ ਏ ਜੋ ਟੁੱਟੀਆਂ ਗੰਡਾਂ ਜੋੜ ਦਵੇ ਡੁੱਬਦੇ ਨੂੰ ਪਾਰ ਲਗਾ ਦਵੇ ਸਾ ਜਾਂਦੇ ਤਾਂ ਹੀ ਮੋੜ ਲਵੇ ਤੂੰ ਗਹਿਰੀ ਨੀਂਦੇ ਸੌਂ ਗਿਆ ਕੁਛ ਹੋਸ਼ ਨਹੀਂ ਹੈ ਅੱਗੇ ਦਾ ਕਿਸ ਮਸਤੀ ਵਿੱਚ ਮਦਹੋਸ਼ ਪਿਆ ਕੁਛ ਫਿਕਰ ਨਹੀਂ ਹੈ ਅੱਗੇ ਦਾ ਤੇਰੇ ਨਾਲ ਦੇ ਸਾਥੀ ਲੰਘ ਗਏ ਉਹ ਕਈ ਮੰਜ਼ਲਾਂ ਪਾਰ ਗਏ ਕਿ ਹੋਸ਼ ਉਦੋਂ ਹੀ ਆਵੇਗੀ ਜਦ ਪਾਣੀ ਸਿਰ ਤੋਂ ਲੰਘ ਗਿਆ ਤੂੰ ਜਿਸ ਤੇ ਐਡਾ ਮਾਣ ਕਰੇ ਉਹ ਕਈ ਵਾਰੀ ਅਜ਼ਮਾਏ ਨੇ ਕਈ ਵਾਰੀ ਠੋਕ ਵਜਾ ਵੇਖੇ ਤੇ ਸਦਾ ਹੀ ਉਲਟੇ ਪਾਏ ਨੇ ਜਦ ਮਤਲਬ ਪੂਰਾ ਹੋ ਗਿਆ ਤੇਰੇ ਪੇਖੀ ਮਿੱਤਰ ਨਸਣਗੇ ਤੇਰੀ ਨਾਦਾਨੀ ਤੇ ਹੱਸਣਗੇ ਫਿਰ ਤੜਫੇਗਾ ਕੋਰਲਾਵੇਂਗਾ ਜਦ ਸਮਾਂ ਸੁਹਾਣਾ ਬੀਤ ਗਿਆ ਫਿਰ ਪਛਤਾਇਆ ਕੀ ਹੋਣਾ ਜਦ ਚਿੜੀਆਂ ਨੇ ਚੁ ਖੇਤ ਲਿਆ ਉਠ ਸੂਰਜ ਕਾਫੀ ਚੜ ਗਿਆ ਤੇ ਰਾਤ ਝਾਤੀਆਂ ਪਾਵੇਗੀ ਮੱਥੇ ਤੇ ਹੱਥ ਰੱਖ ਰੋਵੇਂਗਾ ਤੈਨੂੰ ਹੁਸ਼ ਕਦੋਂ ਤੱਕ ਆਵੇਗੀ ਜਦ ਰੂਪ ਤੇਰਾ ਬਣਾਇਆ ਸੀ ਜੈ ਜੈਕਾਰ ਹੋਈ ਆਕਾਸ਼ਾਂ ਤੇ ਤੇਰੀ ਨਹੀਂ ਰੱਖੀ ਸੀ ਪ੍ਰੀਤਮ ਨੇ 마ਸੂਮਾਂ ਦੀਆਂ ਲਾਸ਼ਾਂ ਤੇ ਜੰਗਲਾਂ ਵਿੱਚ ਰੁੱਲਦਾ ਫਿਰਦਾ ਸੀ ਕੰਡਿਆਂ ਤੇ ਉਹ ਸੌਂਦਾ ਸੀ ਬਲੀਦਾਨ ਪਿਤਾ ਦਾ ਦਿੱਤਾ ਸੀ ਤੇਰੀ ਕਰਨ ਪੂਰੀਆਂ ਖਾਸ਼ਾਂ ਤੇ ਪਰ ਅਫਸੋਸ ਕੇ ਬੇਕਦਰਾਂ ਕਦਰ ਨਾ ਪਾਈ ਤੂੰ ਪਾਈ ਮਤੀ ਦਾਸ ਦੇ ਆਰੇ ਦੀ ਐਸ਼ਾਂ ਵਿੱਚ ਰੰਗਰਲੀਆਂ ਮਾਣੇ ਤੂੰ ਰੋਕੀ ਆਖੇਗੀ ਉਸ ਗੁਰੂ ਦਲਾਰੇ ਦੀ ਕਿੱਧਰ ਗਈ ਉਹ ਅਣਖ ਤੇਰੀ ਜਦ ਦੂਜੇ ਤੇ ਟਾਲਾਂ ਬਣਦਾ ਸੈਂ ਮਜ਼ਲੂਮਾਂ ਤੇ ਦੁਖੀਆਂ ਖਾਤਰ ਅੱਗੇ ਹੋ ਹੋ ਮਰਦਾ ਸੈਂ ਅਜ ਆਪਣੀ ਤੈਨੂੰ ਹੋਸ਼ ਨਹੀਂ ਦੂਜੇ ਦੀ ਕੀ ਬਣਾਵੇਂਗਾ ਤੇਰੀ ਆਪਣੀ ਇੱਜ਼ਤ ਲੁੱਟ ਗਈ ਦੂਜੇ ਦੀ ਕੀ ਬਚਾਵੇਂਗਾ ਜੇ ਜਗ ਵਿੱਚ ਜਿਉਣਾ ਚਾਹਨਾ ਹੈ ਸਿੰਘਾ ਜੇ ਅਣਖੀਲਾ ਜੀਵਨ ਚਾਹਨਾ ਹੈ ਸਿੰਘਾ ਛੜ ਗਿਦਣਾ ਵਾਲਾ ਜੀਵਨ ਤੋਂ ਪ੍ਰੀਤਮ ਦੀ ਫਲਵਾੜੀ ਦੇ ਸੁੱਤੇ ਭਾਗ ਜਗਾ ਸਿੰਘਾ ਇਹ ਪਿਤਾ ਜੀ ਨੇ ਉਸ ਵੇਲੇ ਕਵਤਾ ਲਿਖੀ ਸੀ ਜਦੋਂ ਫੌਜ ਵਿੱਚ ਸਨ ਔਰ ਇਸ ਕਰਕੇ ਉਹਨਾਂ ਦਾ ਕੋਰਟ ਮਾਰਸ਼ਲ ਹੋਣ ਤੱਕ ਦੀ ਨੌਬਤ ਆਈ ਪਰ ਇਹ ਮਨ ਦੀ वेदना ਸੀ ਜਿਹੜੀ ਕਿ ਆਪ ਤੱਕ ਅਸੀਂ ਪ੍ਰਗਟ ਕੀਤੀ ਹੈ ਸੋ ਇਹ ਜੋ ਸਿੱਖੀ ਕੇਸਸ ਵਾਸਾ ਸਿੰਘ ਨੇ ਬਾਣ ਦੀ ਅਰਦਾਸ ਹੈ ਅਸੀਂ ਇਸ ਦਾ ਮਤਲਬ ਨੂੰ ਲਈਏ ਔਰ ਇਸ ਦੀ ਗੰਭੀਰਤਾ ਨੂੰ ਲਈਏ ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਥੇ ਤੱਕ ਵਿਚਾਰਾਂ ਕਰਦਿਆਂ ਕਹਿਣ ਨੂੰ ਬਹੁਤ ਕੁਝ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਹੁਣ ਇੱਕ ਬ੍ਰੇਕ ਦੇ ਬਾਅਦ ਅਸੀਂ ਆਪ ਦੀਆਂ ਕਾਲਸ ਲਵਾਂਗੇ ਤਾਂ ਕਿ ਅਸੀਂ ਆਪਣੇ ਵਿਚਾਰਾਂ ਨੂੰ ਰਹਿਨਵਾਈ ਲੈ ਸਕੀਏ ਆਪਣੇ ਹੋਰ ਪ੍ਰੋਗਰਾਮਸ ਦੇ ਵਿੱਚ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਜਿਹੜੇ ਦਿਖਾਏ ਜਾ ਰਹੇ ਹਨ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਜਾਂ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਜਸ ਪੰਜਾਬੀ ਦੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਸਿੱਖੀ ਕੇਸਾਂ ਸਵਾਸਾਂ ਸੰਵਾਸਾਂ ਸੰਗ ਦੇ ਬਾਣ ਦੇ ਉੱਤੇ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਹੈ ਉਸ ਦੇ ਤੇ ਅਸੀਂ ਆਪਦੀਆਂ ਕੁਝ ਕਾਲਸ ਲੈ ਕੇ ਆਪ ਨਾਲ ਵਿਚਾਰ ਸਾਂਝੇ ਕਰਾਂਗੇ ਹਾਂਜੀ ਹੈਲੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਹੇ ਹੋ ਜੀ ਜੀ ਮੈਂ ਲਿਆਣਾ ਤੋਂ ਬਲਵੰਤ ਕੌਰ ਬੋਲੀ ਹਾਂ ਉਨੇ-ਉਨੇ ਆਜ ਦੀ ਕਵਿਤਾ ਸੁਣੀ ਅਕਾਸ਼ ਨੂੰ ਕਿੰਨਾ ਲੰਦਾ ਆ ਅੱਖਾਂ ਅੰਝੀ ਅੱਖਾਂ ਜਿਹੀ ਵਾਲੇ ਜੀ ਆਜ ਦੀ ਜਿਹੜੀ ਫੋਟੋ ਵੀ ਦੇਖੀ ਬਹੁਤ ਮਨ ਖੁਸ਼ ਹੋਇਆ ਜੀ ਕਿ ਅਸੀਂ ਆਜ ਦੀ ਕਵਿਤਾ ਕਿਸ ਤਰ੍ਹਾਂ ਲਿਆਕਦੇ ਆ ਤੁਸੀਂ ਸਾਨੂੰ ਵੈਬਸਾਈਟ ਤੇ ਲਿਖਵਾ ਦਿਓ ਅਸੀਂ ਤੁਹਾਨੂੰ ਕਾ ਰਵਾਂਗੇ ਮੈਂ ਕਹਿੰਦਾ ਰਹਿ ਕੇ ਅੱਖਾਂ ਸਾਡੇ ਜਿੱਦੇ ਰੁਬਿੰਦਾ ਗਿਆ ਇੰਨੀ ਫੈਲ ਕਰਦਾ ਵੀ ਕਿਸ ਤਰ੍ਹਾਂ ਬੋਲੀ ਚੰਦਾ ਜੀ ਕਿਰਪਾ ਕਰਕੇ ਸਾਨੂੰ ਕੁਝ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਜਸ ਪੰਜਾਬੀ ਦੇ ਇਸ ਵੈਬਸਾਈਟ ਦੇ ਉੱਤੇ ਅਸੀਂ ਪਾ ਦੇਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੇ ਜਿਨ੍ਹਾਂ ਦਰਸ਼ਕਾਂ ਨੇ ਫੋਨ ਕਰਨੀ ਹੈ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਆਪਣੇ ਟੀਵੀ ਦੀ ਆਵਾਜ਼ ਘੱਟ ਕਰਕੇ ਸਾਨੂੰ ਜ਼ਰੂਰ ਕਾਲ ਕਰਨ ਟੀਵੀ ਦੀ ਆਵਾਜ਼ ਜ਼ਰੂਰ ਘੱਟ ਕਰਨ ਤਾਂ ਕਿ ਸਾਡੀ ਗੱਲਬਾਤ ਆਪ ਤੱਕ ਸਹੀ ਪਹੁੰਚ ਸਕੇ ਹਾਂਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੌਣ ਬੋਲ ਰਹੀ ਜੀ ਮੈਂ ਰਣਵੀਰ ਸਿੰਘ ਰਾਣਾ ਬੋਲ ਰਿਹਾ ਜੀ ਹਾਂਜੀ ਰਾਣਾ ਜੀ ਹਾਂਜੀ ਅੱਜ ਤੁਹਾਡਾ ਪ੍ਰੋਗਰਾਮ ਮੈਂ ਇਦਾਂ ਦਾ ਪ੍ਰੋਗਰਾਮ ਜ਼ਿੰਦਗੀ ਭਰ ਨਹੀਂ ਦੇਖਿਆ ਤੁਸੀਂ ਤਾਂ ਅੱਖ ਰੋਲ ਪਈ ਸਾਡੀਆਂ ਚਲੋ ਦਾਤਾ ਮਿਹਰ ਕਰੇ ਕੁਛ ਅਸੀਂ ਲੈ ਸਕੀਏ ਕੁਛ ਇਸ ਤੋਂ ਹਾਸਲ ਵੀ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਤੁਹਾਡੀ ਥੈਂਕ ਯੂ ਹੈਲੋ 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 ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਹੇ ਵੇ ਜੀ ਮੈਂ ਦੌਲਤ ਸਿੰਘ ਬੋਲ ਰਿਹਾ ਜੀ ਟੈਕਸਿਸ ਹਸਪਤਲ ਤੋਂ ਹਾਂਜੀ ਹਾਂਜੀ ਇਹ ਤੁਹਾਡਾ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਜੀ ਤੇ ਅੱਗੇ ਤੋਂ ਵੀ ਇਹੋ ਜਿਹੇ ਪ੍ਰੋਗਰਾਮ ਇਸ ਤੋਂ ਵੀ ਅੱਛੇ ਅੱਛੇ ਹੋਣੇ ਚਾਹੀਦੇ ਨੇ ਜੀ ਅੱਛਾ ਜੀ ਬਹੁਤ ਜਸ ਪੰਜਾਬੀ ਦਾ ਧੰਨਵਾਦ ਹੈ ਜਿਹੜੇ ਇਹੋ ਜਿਹੇ ਪ੍ਰੋਗਰਾਮ ਸਾਡੇ ਤੱਕ ਲਿਆ ਰਹੇ ਹਨ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਹੈਲੋ 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 ਹਾਂਜੀ ਤੁਸੀਂ ਲਾਈਨ ਤੇ ਹੋ ਹੈਲੋ ਯੂ ਆਰ ਔਨ ਲਾਈਨ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਮ ਵਾਦ ਹੀ ਸੋਣਾ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਆ ਜੀ ਕੌਣ ਬੋਲ ਰਿਹਾ ਤੁਸੀਂ ਕਿੱਥੋਂ ਬੋਲ ਰਹੇ ਹੋ ਹਮ ਦੇਖਦੇ ਹਾਂ ਕੌਣ ਬੋਲ ਰਿਹਾ ਕਿੱਥੋਂ ਬੋਲ ਰਹੇ ਹੋ ਮੈਂ ਅਸ਼ਦੀਪ ਆ ਜੀ ਨਿਊਜਬ ਤੋਂ ਬੋਲਦੀ ਆ ਹਾਂਜੀ ਕੌਣ ਜੀ ਅਸ਼ਦੀਪ ਜੀ ਮੇਰਾ ਨਾਮ अच्छा जी, है जी, जी।, जी उस दे। ठीक है ศਦੀਪ दे जी हां जी ओ जी ਗੱਲ ਕਰਦੇ ਨੇ ਉਹਦੀ ਉਹ ਬੜੇ ਪਿਆਰ ਨਾਲ ਤੁਹਾਡਾ ਪ੍ਰੋਗਰਾਮ ਦੇਖਦੇ ਠੀਕ ਹੈ ਕੋਈ ਸੁਝਾਅ ਹੈਗਾ ਜ਼ਰੂਰ ਦਿਓ ਸਾਨੂੰ ਵਾਲੀਆਂ ਗੱਲਾਂ ਤੁਸੀਂ ਦੱਸਦੇ ਤੇ ਮੇਰੇ ਹਸਬੰਦ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਸੀ ਇੱਕ ਸੈਕਿੰਡ ਜ਼ਰੂਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਮਾ ਸਭ ਮੈਂ ਤੁਹਾਡਾ ਆਪਣਾ ਇੱਕ ਤੁਹਾਨੂੰ ਦਵਾਣਾ ਚਾਹੁੰਨਾ ਹੋਰ ਗੱਲਬਾਤ ਰਿਲੇਟਡ ਹੈਗਾ ਐਸਐਸਜੀ ਨਾਲ ਜੇਕਰ ਤੁਸੀਂ YouTube ਦੇ ਉੱਪਰ ਕਮਲੇਸ਼ ਇਹੇਰ ਜੀ ਉਸਾ ਤੁਸੀਂ ਇਹ ਟਾਈਪ ਕਰੋ ਤਾਂ ਸਿੱਖਾਂ ਬਾਰੇ ਸਿੱਖੀ ਬਾਰੇ ਬਹੁਤ ਗਲਤ ਪ੍ਰਚਾਰ ਕੀਤਾ ਗਿਆ ਤੁਸੀਂ ਉਹ ਸੁਣ ਕੇ ਜਰੂਰ ਉਹਦੇ ਬਾਰੇ ਆਪਣੇ ਕੋਈ ਪ੍ਰੋਗਰਾਮ ਵਿੱਚ ਵਿਚਾਰ ਉਹ ਜਿੰਨੀਆਂ ਕੋਨੇ ਕੰਬਲੀਆਂ ਗੱਲਾਂ ਕੀਤੀਆਂ ਉਹਨੇ ਆਪਣੇ ਬਾਰੇ ਸਿੱਖਾਂ ਬਾਰੇ ਨਹੀਂ ਕੀਤੀਆਂ ਉਹਨਾਂ ਨੇ ਮਹਾਤਮਾ ਬੁੱਧ ਬਾਰੇ ਵੀ ਬੜੇ ਗਲਤ ਲਫ਼ਜ਼ ਬੋਲੇ ਜਿਨ੍ਹਾਂ ਦੀ ਉਹ ਆਪਣੇ ਆਪ ਨੂੰ ਅਲੰਬਰਦਾਰ ਕਹਿ ਰਹੀ ਹੈ ਸੋ ਪਰ ਇਹ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਖਾਲੀ ਕਮਲੇਸ਼ ਵਰਗੇ ਨਹੀਂ ਇਸ ਤੋਂ ਪਹਿਲਾਂ ਵੀ ਕਈ ਹੋ ਚੁੱਕੇ ਹੈ ਸੋ ਗਾਹੇ ਬਗਾਏ ਅਸੀਂ ਆਪਦਾ ਧਿਆਨ ਉਹਨਾਂ ਵੱਲ ਜ਼ਰੂਰ ਦਵਾਉਂਦੇ ਰਹਿੰਦੇ ਆ ਪਰ ਕੋਸ਼ਿਸ਼ ਕਰਾਂਗੇ ਜੇ ਉਸ ਦੇ ਬਾਰੇ ਆਪ ਦੇ ਅਗਰ ਵਿਚਾਰ ਹੈ ਤੇ ਉਸ ਨੂੰ ਵੀ ਅਸੀਂ ਜ਼ਰੂਰ ਐਨਲਾਈਜ਼ ਕਰਾਂਗੇ ਹਾਂਜੀ ਤੁਸੀਂ ਜ਼ਰੂਰ ਉਹਦੇ ਬਾਰੇ ਕਰੋ ਕਿ ਲੋਕਾਂ ਨੂੰ ਉਹ ਗਲਤ ਖਿਆਲ ਨਾ ਉਹਦੇ ਬਾਰੇ ਜ਼ਰੂਰ ਕਰਾਂਗੇ ਜੀ ਬਹੁਤ 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 ਧੰਨਵਾਦ ਠੀਕ ਹੈ ਉਹ ਵਾਹਿਗੁਰੂ ਜੀ ਕੀ ਫਤਿਹ ਹਲੋ ਲੰਬ ਸਵੇਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਕੀ ਹਾਲ ਹੈ ਤੁਹਾਡਾ ਕੋਈ ਕਿਰਪਾ ਮੈਂ ਕਹਿਣ ਜੂਗਾ ਕੁਝ ਵੀ ਨਹੀਂ ਅੱਜ ਜੇ ਇਜਾਜ਼ਤ ਹੋਵੇ ਤੇ ਸਿਰਫ ਮੈਂ ਇੱਕ ਜਿਕਾਰਾ ਛੱਡਣਾ ਚਾਹੁੰਦਾ ਜੀ ਚਲੋ ਬਦ ਬਾਕੀਆਂ ਨੂੰ ਵੀ ਕਹੋ ਫਿਰ ਸਾਰੇ ਮਿਲ ਕੇ ਛੱਡਣ ਦਾ ਜਵਾਬ ਦੇਣ ਹਾਂਜੀ ਜੀ ਜੀ ਤਾਂ ਮੈਨੂੰ ਕਹਿ ਲੈਂਦੇ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਥੈਂਕ ਯੂ ਬਹੁਤ ਬਹੁਤ ਧੰਨ ਜੀ ਕਾਲਸਾ ਵਗੈਰਾ ਜੀ ਸੋ ਜੀ ਹੈਲੋ ਹੈਲੋ ਹਾਂਜੀ ਵਾਈਜ ਜੀ ਦਾ ਖਾਲਸਾ ਵਾਈਗੁਰ ਜੀ ਦਾ ਖਾਲਸਾ ਮੈਕ ਜੀ ਕੀ ਫਤਿਹ ਕੌਣ ਬੋਲ ਰਹੀ ਜੀ ਮੈਂ ਸੈਗਲ ਬੋਲ ਰਹੀ ਹੈ ਜੀ ਮਿਸ਼ੀਗਨ ਤੋਂ ਹਾਂਜੀ ਬੈਨ ਜੀ ਮੈਂ ਇੱਕ ਬੇਨਤੀ ਕਰਨੀ ਹੈ ਦੱਸੋ ਅਗਰ ਸਿੱਖੀ ਪੰਜਾਬ ਵਿੱਚ ਥੋੜੀ ਜਿਹੀ ਘਟ ਗਈ ਹੈ ਜਾਂ ਖਤਮ ਹੁੰਦੀ ਜਾ ਰਹੀ ਹੈ ਜੀ ਅਸੀਂ ਬਾਹਰ ਬੈਠੇ ਅਮਰੀਕਾ ਕੈਨੇਡਾ ਅਮਰੀਕਾ ਜਿੱਥੇ ਵੀ ਕੋਈ ਬੈਠਾ ਹੈ ਯੂਕੇ ਅਸੀਂ ਉੱਥੋਂ ਹੀ ਕਿਉਂ ਨਾ ਸਿੱਖੀ ਸ਼ੁਰੂ ਕਰ ਦਈਏ ਜਿਹੜੇ ਇੱਕ ਲੋਕ ਇੱਥੇ ਆਏ ਹੋਏ ਐ ਜੀ ਜਿਹੜੇ ਬੇਸਿਕਲੀ ਸਿੱਖ ਨੇ ਉਹਨਾਂ ਦਾ ਸਟੂਕ ਕੋਈ ਨਾ ਬਦਲਾਇਆ ਜਾਵੇ ਤਾਂ ਕਿ ਉਹ ਉਹਨਾਂ ਨੂੰ ਜਮਾਂ ਸਿਸਟਮ ਦੇ ਸਕਣ ਕਿ ਅਸੀਂ ਦੇਖੋ ਆਪਣੀ ਪੈਰਵਾਹੀ ਕਰ ਰਹੇ ਹਾਂ ਇੱਕ ਮੰਗ ਰਿਕੁਐਸਟ ਆ ਸਾਰੇ ਬਾਗ ਜਿਹੜੇ ਵਿੱਚ ਸਿੱਖੀ ਦੇ ਪੈਨਪਰਾਵਾਂ ਅੱਗੇ ਕਿ ਇਸ ਚੀਜ਼ ਨੂੰ ਜ਼ਰੂਰ ਬਣਾਇਆ ਜਾਵੇ ਜੀ ਬਹੁਤ ਅੱਛੀ ਆਪ ਦਾ ਸੁਝਾਅ ਹੈ ਪਰ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰੱਛਿਆ ਰਿਹਾ ਹੈ ਤੇ ਸਾਰ ਜਗ੍ਹਾ ਜਿੱਥੇ ਵੀ ਸਿੱਖ ਵੱਸਦਾ ਹੈ ਉਹ ਐਮਬੈਸਡਰ ਹੈ ਸਿੱਖੀ ਦਾ ਔਰ ਉਸ ਦਾ ਆਪਣੇ ਕਿਰਦਾਰ ਦੇ ਨਾਲ ਹੀ ਗੱਲ ਅੱਗੇ ਤੁਰੇਗੀ ਦਿੱਕਤ ਤਾਂ ਆਂਦੀ ਹੈ ਜਦੋਂ ਸਾਡੇ ਪ੍ਰਚਾਰਕ ਸਾਡੇ ਬੁਲਾਰੇ ਜਾਂ ਸਾਡੇ ਆਪ ਜਿਹੜੇ ਉਪਦੇਸ਼ ਕਰਨ ਵਾਲੇ ਅਗਰ ਉਹਨਾਂ ਤੇ ਅਮਲ ਨਹੀਂ ਕਰਨਗੇ ਫਿਰ ਜਿਵੇਂ ਇਕਬਾਲ ਨੇ ਬਹੁਤ ਸੁੰਦਰ ਕਿਹਾ ਸੀ ਇਕਬਾਲ ਬੜਾ ਉਪਦੇਸ਼ਕ ਹੈ ਬਾਤੋਂ ਸੇ ਮਨ ਮੋ ਲੈਤਾ ਹੈ ਗੁਫਤਾਰ ਕਾ ਗਾਜ਼ੀ ਬਨ ਤੋ ਗਿਆ ਖਿਰਦਾਰ ਕਾ ਗਾਜ਼ੀ ਬਨ ਨਾ ਸਕਾ ਸੋ ਸਾਡੀ ਕੋਸ਼ਿਸ਼ ਹਰ ਇੱਕ ਦੀ ਹਰ ਇੱਕ ਦਾ ਫਰਜ਼ ਹੈ ਭਾਵੇਂ ਉਹ ਪੰਜਾਬ ਦੇ ਵਿੱਚ ਹੈ ਭਾਵੇਂ ਉਹ ਇੱਥੇ ਹੈ ਬਾਕੀ ਇੱਕ ਗੱਲ ਹੈ ਪੰਥ ਨੂੰ ਕੋਈ ਖਤਰਾ ਨਹੀਂ ਇਹ ਸਤਗੁਰ ਸੱਚੇ ਪਾਤਸ਼ਾਹ ਸਾਹਿਬ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋਂ ਤਿਸ ਕੇਰੀ ਇਹ ਸੰਭਾਲ ਉਹਨਾਂ ਦਾ ਫਰਜ਼ ਹੈ ਪੰਥ ਦਾ ਵਾਲੀ ਹੈ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਆਪਣਾ ਫਰਜ਼ ਪੂਰਾ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਸਾਰਾ ਖੁਸ਼ੀ ਇਸ ਦਿਨ ਆ ਤੇ ਪਰ ਮੈਨੂੰ ਯਾਦ ਆ ਕਿ ਇੱਕ ਛੋਟਾ ਜਿਹਾ ਸ਼ੇਰ ਲਗਾ ਕੇ ਅਗਰ ਨਾ ਉੱਤੇ ਗੁਰੂ ਗੋਬਿੰਦ ਸਿੰਘ ਜੀ ਨਾ ਹੋਤੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਵਾਲੇ ਗੱਲ ਦਾ ਕਿ ਸਿੱਖੀ ਸਰੂਪ ਜਵਾਬ ਦੇ ਸੀ ਹਾਂ ਜੀ ਜਵਾਬ ਜ਼ਰੂਰ ਕਰ ਸਕਦੇ ਆ ਕਿ ਸਾਡਾ ਸਿੱਖੀ ਸਰੂਪ ਉਹੀ ਜਿਹੜਾ ਗੁਰੂ ਜੀ ਨੇ ਜਿੱਤਾ ਤੁਹਾਨੂੰ ਵਾਪਸ ਲਈ ਇਹ ਫਰਮਾਨਾ ਜੋ ਸਾਡੇ ਕੋਲ ਗਲਤੀਆਂ ਹੋਈਆਂ ਤੁਹਾਨੂੰ ਬਖਸ਼ਦੇ ਜੀ 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 ਠੀਕ ਹੈ ਜੀ ਬਹੁਤ ਅੱਛਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਾਇਗੁਰ ਜੀ ਕਹਲਸਾ ਜੀ ਜੀ ਖਾਲਸਾ ਵਾਚ ਹੈ ਹਲੋ ਹਲੋ ਹਾਂ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਹਿ ਵਾਇਗੁਰ ਜੀ ਕੀ ਫਤਹਿ ਮੈਂ ਕੁਪਿੰਦਰ ਸਿੰਘ ਬੋਲ ਰਿਹਾ ਹਾਂ ਹਾਂ ਜੀ ਕਿੱਥੋਂ ਵੀਰ ਜੀ ਅੰਡੀਆਨਾ ਪੈਲੇਸ ਤੋਂ ਬੋਲ ਰਿਹਾ ਹਾਂ ਹਾਂ ਜੀ ਵੀਰ ਜੀ ਤੁਸੀਂ ਬੜੀ ਸੋਹਣੀ ਸਾਰੀ ਗੱਲ ਕਹੀਏ ਸਿਰਫ ਨੂੰ ਕੁਛ ਕਹਿਣਾ ਤੇ ਇਹ ਹੀ ਹੋਇਆ ਤੇ ਸੂਰੇ ਨੂੰ ਦੀਵਾ ਦਿਖਾਉਣ ਵਾਲੀ ਨਾ 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 ਇਦਾਂ ਨਹੀਂ ਇੱਕ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਭਾਈ ਬਿਆਲ ਜਿਹਨੂੰ ਸ਼ਹੀਦ ਕੀਤਾ ਗਿਆ ਹਾਂਜੀ ਤੇ ਮੈਂ ਇਹਦੇ ਵਿੱਚ ਮੇਰੀ ਇਹ ਵਿਚਾਰੇ ਵੀ ਆਪਾਂ ਇਹਦੀ ਜਗਾ ਇਹ ਲਫ਼ਜ਼ ਜ਼ਿਆਦਾ ਅੱਛਾ ਨਹੀਂ ਕਿ ਉਹਨੇ ਸ਼ਹਾਦਤ ਦਿੱਤੀ ਚਲੋ ਲਫ਼ਜ਼ਾਂ ਦੀ ਅਸੀਂ ਜਿੰਦਾ ਮਰਜ਼ੀ ਕਹਿ ਲਓ ਪਰ ਮੁਖਤਸਰ ਇਹ ਹੈ ਕਿ ਉਹਨਾਂ ਨੇ ਸ਼ਹਾਦਤ ਦਿੱਤੀ ਉਹ ਸ਼ਹੀਦ ਹੋਏ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਨਾ ਉਹਨਾਂ ਨੇ ਕੀਤਾ ਤੇ ਹੋ ਜਾਂਦਾ ਵੀ ਉਹਨਾਂ ਨੇ ਕਰ ਦਿੱਤਾ ਇਹਨਾਂ ਇਹ ਗਲਤ ਹੋ ਜਾਏਗਾ ਨਾ ਚਲੋ ਚਲੋ ਠੀਕ ਹੈ ਹੁੰਦਾ ਵੀ ਉਹਨਾਂ ਨੇ ਸ਼ਾਹਦਤ ਦਿੱਤੀ ਕੋਈ ਵੀ ਸ਼ੀਦ ਕਿਸੇ ਨੂੰ ਕਰ ਨਹੀਂ ਸਕਦਾ ਠੀਕ ਠੀਕ ਹੈ ਚਲੋ ਗ੍ਰੈਮੈਟਿਕਲੀ ਆਪ ਨੂੰ ਇੱਕ ਥੀਡ ਹੋ ਰਿਹਾ ਹੈ ਹਾਂਜੀ ਤੁਸੀਂ ਨਾਲ ਜਿਹੜਾ ਲਾਂਭਾ ਲਿਖਦੇ ਹੋ ਹਾਂਜੀ ਇਹ ਜਾਟਪਾਤ ਲਿਖਦੇ ਠੀਕ ਇਹਦੇ ਬਾਰੇ ਜ਼ਰੂਰ ਆਪ ਨਾਲ ਕਿਸੇ ਵੱਖਰੇ ਪ੍ਰੋਗਰਾਮ ਵਿੱਚ ਕਰਾਂਗੇ ਕਿ ਗੁਰਗੋਬਿੰਦ ਸਿੰਘ ਸਾਹਿਬ ਨੇ ਵੀ ਜਦੋਂ ਲਿਖਿਆ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਇਹ ਗੁਰੂ ਅਮਰਦਾਸ ਜੀ ਹੈ ਜਦੋਂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗਈ ਉਸ ਵੇਲੇ ਵੀ ਗੁਰੂ ਸਾਹਿਬ ਨੇ ਇਹ ਲਫ਼ਜ਼ ਵਰਤੇ ਪਰ ਨਾਲ ਉਹਨਾਂ ਨੇ ਇਹ ਕਿਹਾ ਜਾਤ ਦਾ ਗਰਮ ਨਾ ਕਰ ਮੋਰੱਗਾ ਵਾਰਾ ਸੋ ਜਾਤ ਦਾ ਗਰਮ ਨਹੀਂ ਕਰਨਾ ਬਾਕੀ ਜੇ ਇਹ ਅਗਰ ਕੋਈ ਲਿਖ ਕੇ ਅਗਰ ਲਿਖ ਕੇ ਅਗਰ ਉਹ ਜਾਤ ਦਾ ਗਰਮ ਨਹੀਂ ਕਰਦਾ ਪਰ ਨਹੀਂ ਲਿਖ ਕੇ ਅਗਰ ਜਾਤ ਦਾ ਗਰਮ ਕਰਦਾ ਉਹ ਜ਼ਿਆਦਾ ਖਤਰਨਾਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਸਰ ਸਰ ਹੈਲੋ ਹੈਲੋ हेलो हाँ जी हाँ जी कौन जी हेलो हाँ जी आवाज टीवी दी वीर जी कट करोगे तो साढ़े तक आवाज आएगी Hello? Hello? आप टीवी दी आवाज कट करो हेलो मैं न्यूयॉर्क तो निशांत कौर बोल रहे हाँ जी आवाज कट करो टीवी दी हेलो टीवी दी आवाज कट करके हेलो हाँ जी ਹਾਂਜੀ ਕੌਣ ਬੋਲ ਰਿਹਾ ਸੀ? ਮੈਂ ਅਮਰਦੀਪ ਬੋਲ ਰਿਹਾ ਹਾਂ। ਹਾਂਜੀ ਅਮਰਦੀਪ ਜੀ ਕਿੱਥੋਂ ਬੋਲ ਰਹੇ? ਮੈਂ ਕੈਲੀਫੋਰਨੀਆ। ਹਾਂਜੀ ਅਮਰਦੀਪ ਜੀ ਬੋਲੋ। ਹਾਂਜੀ ਕੀ ਹਾਲ ਚਾਲ ਜੀ ਮੈਂ ਲਾਈਨ ਤੇ ਹਾਂ। ਹਾਂਜੀ ਹਾਂਜੀ ਬਿਲਕੁਲ ਤੁਸੀਂ ਬਿਲਕੁਲ ਟੀਵੀ ਦੇ ਉੱਤੇ ਲਾਈਨ ਕੀ ਸਾਰੇ ਪਾਸੇ ਹੈਗੇ ਹੋ ਤੁਸੀਂ। ਹਰ ਕੋਈ ਸੁਣ ਰਿਹਾ ਤੁਹਾਨੂੰ। ਜੀ। ਠੀਕ ਹੈ ਜੀ ਬੇਸ਼ਕੀ ਗੱਲ ਨਹੀਂ ਸੀ ਕਿ ਬਹੁਤ ਸੋਹਣਾ ਤੁਹਾਡਾ ਟੀਵੀ ਚੈਨਲ ਚੱਲ ਰਿਹਾ ਜੀ ਦੇਖ ਕੇ ਬੜਾ ਹੀ ਮਨ ਨੂੰ ਖੁਸ਼ੀ ਹੁੰਦੀ ਆ। ਜੀ। ਕਿ ਇੰਨੇ ਚਿਰਾਂ ਤੋਂ ਬਾਅਦ ਇੱਕ ਬਹੁਤ ਹੀ ਸੋਹਣਾ ਉਪਰਾਲਾ ਸਾਰਿਆਂ ਨੇ ਰਲ ਕੇ ਸਾਂਝੇ ਲੈਵਲ ਦਾ ਕੀਤਾ ਤੇ ਬਾਕੀ ਕੈਲੀਫੋਰਨੀਆ ਚ ਬੈਠੇ ਅਸੀਂ ਸਾਰੇ ਇਸ ਸਟੇਜ ਨੂੰ ਬਹੁਤ ਲਾਈਕ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ سپورਟ ਹੁੰਦੀ ਹੈ ਜੀ ਪਲੀਜ਼ ਜਦੋਂ ਵੀ ਕਿਤੇ ਕੋਈ ਪ੍ਰੋਗਰਾਮ ਹੁੰਦਾ ਤੇ ਖੁੱਲ ਕੇ ਆਇਆ ਕਰੋ ਜੀ ਤੁਹਾਨੂੰ ਦੱਸਿਆ ਕਰੋ ਜਿੱਥੇ-ਜਿੱਥੇ ਵੀ ਤੁਹਾਨੂੰ ਰਿਪਰੈਜ਼ੈਂਟੇਟਿਵ ਦੀ ਲੋੜ ਆ ਜੀ ਉਹ ਇੱਕ ਅਵਰੇਜ ਦੀ ਲੋੜ ਹੁੰਦੀ ਆ ਤੇ ਸਾਰੇ ਸਿੰਘ ਇਹ ਚਾਹੁੰਦੇ ਨੇ ਠੀਕ ਜਰੂਰ ਦੱਸਿਆ ਕਰੋ ਵੀ ਕਿੱਦਾਂ ਕਰਨਾ ਨਹੀਂ ਤੁਹਾਨੂੰ ਆਪ ਆਪਣੇ ਆਪ ਹੀ ਦੇਖਣਾ ਆਪੇ ਹੀ ਕੰਮ ਲੱਭਣਾ ਆਪੇ ਹੀ ਆਪਣੀ ਡਿਊਟੀ ਦੇਣੀ ਹੈ ਕਿਸੇ ਨੇ ਕਿਸੇ ਨੂੰ ਨਹੀਂ ਕਹਿਣਾ ਜਿਹੜਾ ਤੁਸੀਂ ਇਸ ਚੈਨਲ ਲਈ ਇਸ ਪ੍ਰੋਗਰਾਮ ਲਈ ਇਸ ਟੀਵੀ ਲਈ ਜੋ ਕੁਝ ਕਰ ਸਕਦੇ ਹੋ ਅਸੀਂ ਇਸ ਨੂੰ ਵਧਾਈਏ ਇਹੀ ਸਾਡਾ ਉਪਦੇਸ਼ ਹੈ ਇਹੀ ਸਾਡਾ ਮਤਲਬ ਉਦੇਸ਼ ਹੈ ਔਰ ਕੋਸ਼ਿਸ਼ ਕਰੀਏ ਜੀ ਜ਼ਰੂਰ ਆਪਾਂ ਐਜੂਕੇਟ ਕਰੀਏ ਸਾਰੇ ਸਿੱਖਾਂ ਨੂੰ ਜਿਹੜਾ ਯੂਨਾਈਟਿਡ ਸਟੇਟਸ ਵਿੱਚ ਆਪਾਂ ਥੋੜੇ ਜਿਹਾ ਪਿੱਛੇ ਇਸ ਇਸ ਚੈਨਲ ਦੇ ਨਾਲ ਵੱਧ ਤੋਂ ਵੱਧ ਜੁੜੋਗੇ ਜਿੰਨਾ ਕਿ ਦਾ ਪ੍ਰਚਾਰ ਪ੍ਰਸਾਰ ਕਰੋਗੇ ਉਨੀ ਗੱਲ ਇਹ ਸਾਡੀ ਹੋਰ ਵਧੇਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹਾਂਜੀ ਹੈਲੋ ਬਹੁਤ ਬਹੁਤ ਧੰਨਵਾਦ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਮੈਂ ਜੀ ਨਿਰੰਦਰ ਸਿੰਘ ਬੋਲ ਰਿਹਾ ਜੀ ਕਿੱਥੋਂ ਵੀਰ ਜੀ ਮੈਨੂੰ ਯਾਦ ਹੋ ਗਿਆ ਹਾਂਜੀ ਨਰਿੰਦਰ ਸਿੰਘ ਜੀ ਹਾਂਜੀ ਮੈਂ ਤਾਂ ਬਸ ਜੀ ਇਹ ਕਹਿਣਾ ਜੀ ਤੁਹਾਡਾ ਸ਼ੋਅ ਬਹੁਤ ਹੀ ਵਧੀਆ ਹੈ ਤੇ ਇਹਨੂੰ ਥੋੜਾ ਜਿਆਦਾ ਟਾਈਮ ਦਿਆ ਕਰੋ 8 ਵਜੇ ਤੋਂ ਸ਼ੁਰੂ ਹੋਵੇ ਤੇ 10 ਵਜੇ ਤੇ ਰਹੇ ਤੇ ਅਸੀਂ ਦੇਖਦੇ ਰਹੀਏ ਗੱਲ ਇਹ ਜੀ ਤੇ ਮੇਰਾ ਵੀ ਕਰਦਾ ਪਰ ਸਮੇਂ ਦੀ ਪਾਬੰਦੀ ਤੇ ਮੰਨਣੀ ਪੈਣੀ ਹੈ ਨਾ ਕਿੰਨਾ ਕ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਇਹ ਸਾਡਾ ਸ਼ੋਅ ਨਿਆਣੇ ਲਈ ਬੜੀ ਹੈ ਠੀਕ ਹੈ ਜੀ ਵੈਗੁਰ ਜੀ ਕਿਫਤ ਹੈਲੋ ਹੈਲੋ ਹਾਂਜੀ ਮਾਈਕ ਜੀ ਦਾ ਖਾਲਸਾ ਮਾਈਕ ਜੀ ਦੀ ਫਤਿਹ ਕੌਣ ਬੋਲ ਰਹੀ ਚ ਮੈਂ ਅਤਰੋਕ ਸਿੰਘ ਸੰਸਰਾ ਬੋਲ ਰਿਹਾ ਫਿਰ ਹਾਂਜੀ ਹਾਂਜੀ ਕਿਸ ਕਿਸਮ ਦੀ ਹੈ ਕਿ ਮੈਨੂੰ ਤੁਹਾਡੀ ਲਾਈਨ ਮਿਲ ਗਈ ਹੈ ਸਬਜੈਕਟ ਵੀ ਤੁਹਾਡਾ ਬੜਾ ਅੱਛਾ ਹੈ ਜੀ ਲੇਕਿਨ ਮੈਂ ਇੱਕ ਬੇਨਤੀ ਕਰਨਾ ਚਾਹਨਾ ਜੋ ਸਾਰੀ ਸੰਗਤ ਸੁਣ ਵੀ ਰਹੀ ਹੋਏਗੀ ਜੀ ਕਿ ਜਿਹੜੇ ਵੀ ਬੰਦੇ ਇੱਥੇ ਪਹਿਲਾਂ ਆਏ ਅਮਰੀਕਾ ਜਾਂ ਕੈਨੇਡਾ ਚ ਆਏ ਹਮ ਹਮ ਉਹਨਾਂ ਨੇ ਸਿੱਖ ਰਹੇ ਹਾਂਜੀ ਕਿ ਇਹਨੇ ਜ਼ਰੂਰੀ ਨਹੀਂ ਸੀ ਕਿ ਉਹਨਾਂ ਨੇ ਬਾਲ ਰੱਖੇ ਹਮ ਹਮ ਔਰ ਉਹਨਾਂ ਦੀ ਬਜ਼ਾਰਤ ਅੱਜ ਅਸੀਂ ਪੱਗ ਬੰਨ ਕੇ ਤੇ ਕੈਸਾ ਕੇ ਫਿਰ ਰਹੇ ਹਾਂ ਜੀ ਅਗਰ ਤੁਸੀਂ ਕਦੀ ਸਾਊਥ ਚ ਜਾ ਕੇ ਦੇਖੋ ਜੀ ਸਾਊਥ ਅਮਰੀਕਾ ਆਈ ਮੀਨ ਸਾਊਥ ਆਫ ਅਮਰੀਕਾ ਜੀ ਦਾ ਅਲਬਾਮ ਉੱਥੇ ਹੈ ਉੱਥੇ ਤੁਹਾਨੂੰ ਪੱਗ ਵਾਲਾ ਸਰਦਾਰ ਮਿਲਣਾ ਬਹੁਤ ਔਖਾ ਹੈ ਹਮ ਹਮ ਪਰ ਅਗਰ ਹੈ ਤੇ ਉਹਨੂੰ ਆਪਈ ਜਾਣਦਾ ਕਿਤਰਾ ਹੈ ਹਮ ਹਮ ਮੈਂ ਕਈ ਵਾਰੀ ਗਿਆ ਹਾਂ ਉੱਥੇ ਮੇਰੇ ਮਗਰਬੰਦੇ ਪਹੁੰਚਦੇ ਹੂੰ ਹੂੰ ਇਹ ਉੱਥੇ ਤੁਹਾਨੂੰ ਪਤਾ ਵੀ ਹੋਏਗਾ ਕਿ ਗੈਸ ਸਟੇਸ਼ਨ ਦੇ ਉੱਤੇ ਬੰਦੇ ਨੂੰ ਮਾਰ ਦਿੱਤਾ ਸੀ ਉਹਨਾਂ ਨੇ ਜੀ 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 ਇਹ ਗੱਲ ਠੀਕ ਹੈ ਗਿਆ ਕਿ ਸਾਨੂੰ ਆਪਣੇ ਕੇਸਾਂ ਦਾ ਰੱਖਣਾ ਚਾਹੀਦਾ ਤੇ ਅੱਜ ਵੀ ਨਹੀਂ ਕਰਨੀ ਚਾਹੀਦੀ ਲੇਕਿਨ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਉਹਨਾਂ ਨੂੰ ਸਾਨੂੰ ਕੰਡੈਮ ਨਹੀਂ ਕਰਨਾ ਚਾਹੀਦਾ ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਦੇਖੋ ਇਹ ਇੱਕ ਜਿਹੜਾ ਧਰਮ ਹੁੰਦਾ ਹੈ ਇਹਦੇ ਵਿੱਚ ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ ਜੇ ਕੋ ਕਿਸੇ ਨੂੰ ਕੰਡੈਮ ਕਰ ਰਿਹਾ ਹੈ ਜਾਂ ਕੁਝ ਕਰ ਰਿਹਾ ਹੈ ਉਹ ਸਹੀ ਨਹੀਂ ਪਰ ਇੱਕ ਗੱਲ ਬੜੀ ਸਮਝ ਲੈਣ ਦੀ ਬੇਸਿਕ ਚੀਜ਼ ਹੈ ਕਿ ਨਾ ਤਾਂ ਕਿਸੇ ਨੂੰ ਕੁਝ ਛੋਟ ਦੇ ਸਕਦਾ ਨਾ ਕਿਸੇ ਦੇ ਉੱਤੇ ਕੋਈ ਪਾਬੰਦੀ ਲਗਾ ਸਕਦਾ ਜਿਹੜੇ ਅਸੂਲ ਜਿਹੜੇ ਨਿਯਮ ਗੁਰੂ ਨੇ ਦਿੱਤੇ ਹਨ ਔਰ ਸਿੱਖੀ ਦੇ ਲਈ ਜਿਸ ਤਰ੍ਹਾਂ ਇੱਕ ਮੈਂ ਛੋਟੀ ਜੀ ਐਗਜ਼ਾਮਪਲ ਦੇਣੀ ਚਾਹਾਂਗਾ ਇੱਕ ਵਾਰ ਤੋੜਾ ਸਾਹਿਬ ਨੇ ਮਾਸਤਾਰਾ ਸਿੰਘ ਨੂੰ ਕਿਹਾ ਸੀ ਕਿ ਕੀ ਤੁਸੀਂ ਪੰਥ ਤੋਂ ਹਮੇਸ਼ਾ ਖਤਰੇ ਦੀ ਗੱਲ ਕਰਦੇ ਹੋ ਖਤਰਾ ਖਤਮ ਹੋਏਗਾ ਉਹਨਾਂ ਨੇ ਕਿਹਾ ਸੀ ਹਰ ਕੀਮਤੀ ਚੀਜ਼ ਨੂੰ ਖਤਰਾ ਹੈ ਜਦੋਂ ਪੰਥ ਤੋਂ ਖਤਰਾ ਖਤਮ ਹੋ ਗਿਆ ਇਹ ਸਮਝ ਲੈਣਾ ਪੰਥ ਪੰਥੀ ਨਹੀਂ ਰਿਹਾ ਸੋ ਸੰਪੰਥ ਨੂੰ ਖਤਰਾ ਰਹਿਣਾ ਔਰ ਉਸ ਖਤਰੇ ਦੇ ਵਿੱਚ ਹੀ ਸੰਪੰਥ ਨੇ ਅੱਗੇ ਵਧਣਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੈਲੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਰਾਜ ਬੋਲ ਰਿਹਾ ਜੀ ਨਿਊਯਾਰਕ ਤੋਂ ਹਾਂ ਜੀ ਜੀ ਕੌਣ ਬੋਲ ਰਿਹਾ ਜੀ ਰਾਜ ਜੀ ਹਾਂ ਜੀ ਅੱਛਾ ਜੀ ਲਾਮਾ ਸਾਹਿਬ ਤਿੰਨ ਚੀਜ਼ਾਂ ਕਹਿਣੀਆਂ ਬੜੀ ਕੁਇਕਲੀ ਇੱਕ ਤਾਂ ਪਹਿਲਾਂ ਤੁਸੀਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਕਿ ਤੁਸੀਂ ਥੋੜੇ ਚਿਰ ਲਈ ਹੋ ਇੱਥੇ ਜੀ 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 ਤੇ ਮੇਰੀ ਜਸ ਪੰਜਾਬੀ ਜਸ ਪੰਜਾਬੀ ਨੂੰ ਬੇਨਤੀ ਹੈ ਜੀ ਕਿ ਤੁਹਾਨੂੰ ਵਾਪਸ ਨਾ ਜਾਣਾ ਜਾਣੇ ਤਾਂ ਜਾਵੇ ਠੀਕ ਹੈ ਕਿ ਤੁਹਾਡੇ ਵਰਗੇ ਮਤਲਬ ਕਿ ਗੁਣੀ ਗਿਆਨੀ ਦੀ ਬਹੁਤ ਜ਼ਰੂਰਤ ਹੈ ਇਸ ਮੁਲਕ ਵਿੱਚ ਤੇ ਸਿੱਧੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਕੋਸ ਸਿੰਘਾ ਨੇ ਗੱਲ ਕੀਤੀ ਹੈ ਕਿ ਇੱਥੇ ਹੋ ਰਹੇ ਨੇ ਕਿ ਉਹ ਅਲਾਬਾਮਾ ਦੀ ਗੱਲ ਕਰ ਰਹੇ ਸੀ ਜੀ ਜਿਹੜਾ ਸਿੱਖੀ ਸਰੂਜ ਪੱਕਾ ਹੈ ਜਿਹੜਾ ਗੁਰੂ ਦੇ ਨਾਲ ਲੜ ਲੱਗਿਆ ਉਹਨੂੰ ਇਹੋ ਜਿਹਾ ਡਰ ਦੀ ਕੋਈ ਜਰੂਰਤ ਨਹੀਂ ਮਨ ਤੋਂ ਆ ਹੀ ਨਹੀਂ ਸਕਦਾ ਕਿ ਉਹ ਜਿਹੜਾ ਠੀਕ। ਦੇ ਕਿਸੇ ਹਿੱਸੇ ਪੜੋ ਤੇ ਆਪਣੇ ਬੱਚਿਆਂ ਦੇ ਫੀਸ ਬਦਲ ਕਰਾਏ ਮਾਤਾਵਾਂ ਨੇ। ਹਾਂਜੀ ਹਾਂ। ਜਿਵੇਂ ਦੇਖੋ ਇਹ ਮਾੜੀ ਮਾੜੀ ਗਲਤੀ ਹੈ ਤੁਸੀਂ ਇਹ ਗੱਲ ਲੈਣ ਕਿ ਅਸੀਂ ਅੱਜ ਕੰਮ ਕਰਦੇ ਸੀ ਉੱਥੇ ਮੁਸ਼ਕਲ ਹੋ ਜਾਂਦੀ ਹੈ। ਠੀਕ ਹੈ। ਬਹੁਤ-ਬਹੁਤ ਧੰਨਵਾਦ ਕਿਉਂਕਿ ਆਪ ਦੇਖੋ ਸਿੱਖਾਂ ਨੇ ਆਪਣੇ ਸਰੂਪ ਦੀ ਖਾਤਰ ਤਾਂ ਆਪਣਾ ਦੇਸ਼ ਵੀ ਛੱਡਿਆ ਉੱਥੋਂ ਸਾਰੇ ਦਰਬਦਰ ਹੋਏ। ਔਰ ਜਦੋਂ ਪਾਰਟੀਸ਼ਨ ਵੇਲੇ ਆਪਣਾ ਸਿਰਫ ਏਸ ਰੂਪ ਬਚਾਣ ਦੇ ਲਈ ਉਹਨਾਂ ਨੇ ਉਹ ਵਤਨ ਨੂੰ ਛੱਡਿਆ ਸੋ ਸਿੱਖੀ ਤਾਂ ਹੈ ਹੀ ਕਰੜੀ ਹੈ ਇਹਦੀ ਕੀਮਤ ਵੀ ਦੇਣੀ ਪਏਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਫਲ ਹੋਵੇਗਾ ਭਾਈ ਹੈਲੋ ਹੈਲੋ ਹਾਂਜੀ ਹਾਂਜੀ ਤੁਸੀਂ ਲਾਈਨ ਤੇ ਉਹ ਦੱਸੋ ਕੌਣ ਬੋਲ ਰਹੀ ਜੀ ਹੈਲੋ ਹੈਲੋ ਆਵਾਜ਼ ਕੱਟ ਕਰਕੇ ਤੁਸੀਂ ਸਾਡਾ ਗੱਲ ਕਰੋ ਹੈਲੋ 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 ਹਾਂ ਲਾਮਬਸਾਹ ਵਾਹਿਗੁਰੂ ਜੀ ਆਸਾਂ ਸਵਾਇਕ ਜੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਕੌਣ ਬੋਲ ਰਿਹਾ ਸੀ ਹਾਂ ਮੈਂ ਐਨੋਨਿਮਸ ਰਹਿਣਾ ਚਾਹੁੰਦਾ ਮੈਂ ਏਕ ਸੈਕਸਸ ਤੋਂ ਬੋਲ ਰਿਹਾ ਤੇ ਮੈਨੂੰ ਇੱਥੇ 40 ਸਾਲ ਰਹਿੰਦੇ ਹੋ ਗਏ ਨੇ ਤੇ ਭਾਈ ਸਾਹਿਬ ਆਲਬਮ ਤੇ ਬੋਲੇ ਨੇ ਕਿ ਕਿੰਨੇ ਆਪ ਕੀ ਬਟਾ ਹੈ ਆਪ ਕਿੱਥੇ ਬਟਾ ਬ੍ਰੇਡਸ ਹਾਂਜੀ ਤੇ ਉਹ ਗਾਲੋਤੀ ਆਂਦੀ ਹੈ ਕਿ ਨਹੀਂ ਦੂਰੋਂ ਕਿਤੇ ਨੇੜੇ ਰੋ ਤੇ ਗੁਰੂ ਦੇ ਕੋਲ ਦੂਸਰੀ ਚੀਜ਼ ਮੈਂ ਤਾਂ ਇੱਕ ਜਮਾਤ ਮੇਰਾ ਆਪਣਾ ਬੜਾ ਕੰਟੈਕਟ ਸ਼ੁਰੂ ਹੋਇਆ ਤੇ ਮੈਨੂੰ ਇਸ ਵੇਲੇ ਕੋਈ ਮੁਸ਼ਕਲ ਆ ਗਈ ਹੈ ਤੇ ਵਿੱਚ ਤੇ ਉਸ ਵੇਲੇ ਐਨੂੰ ਉਹਨਾਂ ਨੇ ਕਾਫੀ ਕੀ ਦੇਖਣ ਲੱਗੇ ਹੈ ਜਿਹੜੀ ਸਰਵਿਸ ਮੁਸਾਬਾ ਤੋਂ ਬਿਲ ਲਾਡਣ ਵਾਲੇ ਦੇ ਚੱਕਰ ਉਸਲੇ ਮਨਨ ਕਿਹਾ ਸੀਗਾ ਕਿ ਬਟ ਇੱਕ ਡਿਟੈਕਸ਼ਨ ਦੇ ਵਿੱਚ

ਕਿਪੜਾ ਇਹਦੇ ਕਿਤੇ ਨਾ ਗਿਆ। ਉਸੇ ਤਰ੍ਹਾਂ ਇੱਕ ਦੂ ਦੇ ਕਿਸੇ ਰਹੇ ਨਾ। ਸਿੱਤਸਾਰ ਜਿਹੜੀ ਹੈ ਕਿ ਹਜ਼ਾਰ ਸਾਲ ਦੀ ਗੁਲਾਮੀ ਜਿਹੜੀ ਇੰਡੀਆ 'ਚ ਰਹੀ ਹੈ। ਹੂੰ ਹੂੰ। ਸੀਸਾ ਦੇ ਆਉਣ ਤੋਂ ਪਹਿਲਾਂ ਤੇ ਉਹਦਾ ਸੰਭਲ ਹੈ। ਕਿਤੇ ਇਸ ਤਰ੍ਹਾਂ ਅਪਰੈਸ ਬੰਦਿਆਂ ਨੂੰ ਬਿਠਾਉਂਦੇ ਰਹੇ ਆ ਤੇ ਉਹਨਾਂ ਨੂੰ ਆਜ਼ਾਦ ਕਰਾਉਂਦੇ ਰਹੇ ਆ। ਉਹਨਾਂ ਦੇ ਹੱਕ ਲਈ ਲੜਦੇ ਰਹੇ ਆ। ਠੀਕ ਹੈ ਜੀ। ਬਹੁਤ ਕੋਈ ਕੋਈ ਕਹਿੰਦੀ ਕਿ ਦੂਸਰੇ ਇਨਸਾਨ ਨਾਲੋਂ ਕੋਈ ਜ਼ਿਆਦਾ ਕੀ ਨਹੀਂ ਹੈ ਜਾਂ ਮਾਰੇ ਨਹੀਂ ਆ। ਪਰ ਸਾਡਾ ਵੀ ਇੱਕ ਜਿਹਾ ਕਿ ਸਾਡਾ ਵੀ ਕਿੰਮਲ ਆ ਕੋਈ ਗੁਰੂ ਦੀ ਮੋਰ ਜੀ ਨੂੰ ਕਹਿੰਦੇ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਇਸ ਇਸ ਤੇ ਲੰਬਰ ਦਾ ਰਹਿਣਾ ਹੈ ਬਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਹੀ ਜੀ ਹੈਲੋ ਹੈਲੋ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਵੀ ਜੀ ਰਬਾ ਸਾਹਿਬ ਮੈਂ ਕੋਲੀ ਬੋਲ ਰਿਹਾ ਕਿੱਥੋਂ ਵੀ ਜੀ ਕੋਲੀ ਸਾਹਿਬ ਕਿੱਥੋਂ ਆਹ ਦੇਖ ਰਹੀ ਸੀ ਤੁਹਾਡਾ ਟੀਵੀ ਤੇ ਕੋ ਆਪਣਾ ਸ਼ੁਭਨਾਮ ਵੀ ਜੀ ਮੈਂ ਜਸਪਾਲ ਸਿੰਘ ਕੋਲੀ ਆਪਣਾ ਟਲੰਟਾ ਤੋਂ ਤੁਹਾਨੂੰ ਗੱਲ ਬਾਤ ਅੱਛਾ ਹਾਂ ਜੀ ਹਾਂ ਜੀ ਕੋਲੀ ਸਾਹਿਬ ਹਾਂ ਜੀ ਇਹ ਹੈ ਕਿ ਸਕੂਲ ਵਿੱਚ ਬੱਚਿਆਂ ਨੂੰ ਮਾਪਿਆਂ ਚਾਹੀਦਾ ਜਰੂਰ ਪੱਗ ਪਵਾ ਕੇ ਭੇਜਣ 6-7 ਸਾਲ ਦੇ ਬੱਚਾ ਨੂੰ ਦੂਸਰਾ ਇਹ ਹੈ ਕਿ ਗੁਰਦੁਆਰਾ ਸਾਹਿਬ ਜਿੰਨੇ ਵੀ ਜਾਂਦੇ ਨੇ ਪਤਾਰ ਇਹਨਾਂ ਮਾਲਕਟਾਇਏ ਦੇ ਜੇ ਉਹ ਆਪਣੇ ਪੱਕਾ ਪੰਨ ਕੇ ਜਾਣਗੇ ਤਾਂ ਆਟੋਮੈਟਿਕਲੀ ਉਹਨਾਂ ਨੂੰ ਵਿਸ਼ਵਾਸ ਹੋ ਜਾਏਗਾ ਜੀ ਪੱਗ ਦਾ ਜਿਹੜਾ ਸਰਦਾਰ ਅੱਛਾ ਸੱਜਦਾ ਹੈ ਪਾਕੀਪਨ ਨਹੀਂ ਚਾਹੀਦੀ ਹੈ ਪੱਗ ਦੇ ਨਾਲ ਖੂਬਸੂਰਤੀ ਲੱਗੇ ਜੀ ਬੰਦੇ ਨੂੰ ਇਹ ਚੀਜ਼ ਵੀ ਅਨਾਉਂਸ ਕਰੋ ਅਗਰ ਸਾਰੇ ਸੁਣਨ ਦੇ ਹੋਣਗੇ ਤਾਂ ਜਰੂਰ ਜੀ

ਠੀਕ ਹੈ ਕੋਲੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਰਾਈਟ ਹੈ ਵਾਜਿਫਤ ਹੈ ਹੈਲੋ ਰੋਹਨ ਜੀ ਵਾਪਸ ਜੀ ਬਾਲਸਾ ਬਾਇਕੋ ਵਾਹਿਗੁਰੂ ਜੀ ਕਿਹ ਫਤ ਕੌਣ ਬੋਲ ਰਹੀ ਜੀ ਮੈਂ ਇੱਕ ਵਾਉਚਿੰਗ ਬੋਲ ਰਹੀ ਹਾਂ ਯੋਸਟਲ ਟੈਕਸ ਤੋਂ ਹਾਂ ਜੀ ਜੀ ਹਾਂ ਜੀ ਮੈਂ ਇੱਕ ਕਾਲ ਕੀਤੀ ਹੈ ਜੀ ਇਸ ਕਰਕੇ ਵੀ ਤੁਸੀਂ ਉਹ ਅਲਬਾਮਾ ਵਾਲੇ ਸਾਹਿਬ ਨੇ ਕਾਲ ਕੀਤੀ ਸੀ ਵੀ ਇਹ ਸਾਨੂੰ ਲੱਗਦਾ ਹੈ ਅਲਬਾਮਾ ਤੇ ਸਾਨੂੰ ਸਪੈਸ਼ਲ ਪ੍ਰੋਗਰਾਮ ਹੀ ਕਰਨਾ ਪੈਣਾ ਹੈ ਕੁਝ ਸਰ ਨਹੀਂ ਨਹੀਂ ਉਹਨਾਂ ਨੇ ਕਰ ਰਿਹਾ ਸੀ ਕਹਿੰਦਾ ਸੀ ਨਾ ਵੀ ਹਾਂਜੀ ਸਤਨਾ ਜੀ ਵੀ ਉਹ ਕਹਿ ਰਹੇ ਸੀ ਵੀ ਕੇਸ ਜੀ ਨੇ ਰੱਖਿਓ ਕੰਡੈਮ ਨਹੀਂ ਕਰਨਾ ਚਾਹੀਦਾ ਇਹ ਦੇਖੋ ਗੁਰੂ ਨੇ ਗੁਰੂ ਮਹਾਰਾਜ ਨੇ ਇੱਕ ਗੱਲ ਕਹੀ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹਦੇ ਵਿੱਚ ਉਹਨਾਂ ਨੇ ਆਪ ਹੀ ਦੱਸਿਆ ਆਪਾਂ ਕੌਣ ਹੈ ਕੰਡੈਮ ਕਰਨ ਵਾਲੇ ਗੁਰੂ ਦਾ ਹੁਕਮ ਹੈ ਰਹਿਤ ਬਿਨਾ ਨਹੀਂ ਸਿੱਖ ਕਹਾਵੇ ਸੋ ਬੜੀ ਸਿੱਧੀ ਜੀ ਚੀਜ਼ ਹੈ ਅਸੀਂ ਚੋਇਸ ਸਾਡੇ ਕੋਲ ਹੈ ਅਸੀਂ ਉਹਦਾ ਸਿੱਖ ਬਣਨਾ ਹੈ ਕਿ ਨਹੀਂ ਬਣਨਾ ਗੱਲ ਤੇ ਬੜੀ ਸਿੰਪਲ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਰ ਨਹੀਂ ਸਕਦੇ ਉਹਦੇ ਵਿੱਚ ਨਾ ਕਿਉਂਕਿ ਉਹਦੇ ਵਿੱਚ ਜਿਹਨੇ ਕਿਹਾ ਉਹ ਮੰਨਣਾ ਚਾਹੀਦਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੈਲ ਹਲੋ ਹਾਂਜੀ ਹਾਂਜੀ ਲੰਬਾ ਸਾਹਿਬ ਜੀ ਕਾਲਟਰਾਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਹੀ ਜੀ ਮੈਂ ਮਨਮੋਹਨ ਸਿੰਘ ਬੋਲ ਰਿਹਾ ਹਾਂ ਕੈਲੀਫੋਰਨੀਆ ਤੋਂ ਹਾਂਜੀ ਮਨਮੋਹਨ ਸਿੰਘ ਜੀ ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਜੀ ਇੱਕ ਜਾਣਕਾਰੀ ਦੇਣ ਵਾਸਤੇ 50% ਤੋਂ ਵੀ ਉੱਪਰ ਸਿੱਖ ਨੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਤੁਸੀਂ ਬਹੁਤ ਜ਼ਿਆਦਾ ਗਿਆਨ ਦਿੱਤਾ ਜੀ ਇੱਕ ਭੈਣ ਜੀ ਕਹਿ ਰਹੀ ਸੀ ਵੀ ਪੰਥ ਨੂੰ ਘਬਰਾ ਪੰਥ ਨੂੰ ਘਬਰਾ ਦੇ ਕਦੇ ਵੀ ਨਹੀਂ ਹੋ ਸਕਦਾ ਠੀਕ ਹੈ ਠੀਕ ਜੰਗਲ ਸਿੱਖਿਓ ਕਿਤਾਬ ਕਰਮੋਸਾਂ ਦੀ ਜਿਹੜੀ ਤੁਸੀਂ ਕਿਸੇ ਦੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਉਹਦੀ ਮੋਹਰ ਹੈ ਜੀ ਕੋਈ ਖਤਰਾ ਨਹੀਂ ਠੀਕ ਸੋ ਅ ਅੱਜ ਦਾ ਇਹ ਪ੍ਰੋਗਰਾਮ ਸਮਾਂ ਇਜਾਜ਼ਤ ਨਹੀਂ ਦਿੰਦਾ ਸਾਡੇ ਕੋਲ ਕਾਲਸ ਹੋਰ ਆ ਰਹੀਆਂ ਸੀ ਪਰ ਸਾਨੂੰ ਇਹ ਪ੍ਰੋਗਰਾਮ ਸਮਾਪਤ ਕਰਨਾ ਪੈਣਾ ਤੇ ਇੱਕ ਬੇਨਤੀ ਅਖੀਰ ਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਉਹਨਾਂ ਦੇ ਕੋਲ ਦੁਨਿਆਵੀ ਤੌਰ ਦੇ ਉੱਤੇ ਕੋਈ ਚੀਜ਼ ਬਾਕੀ ਨਹੀਂ ਸੀ ਜਦੋਂ ਬਾਛੀਵਾੜੇ ਦੇ ਮੁਕਾਮ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਹੁੰਚੇ ਤਾਂ ਇੱਕ ਕਵੀ ਸੀ ਬਿਹਾਰੀ ਜਿਸਨੇ ਗੁਰਗੋਬਿੰਦ ਸਿੰਘ ਸਾਹਿਬ ਦੇ ਕਦਮਾਂ ਤੇ ਆ ਕੇ ਇੱਕ ਅਜੀਬ ਅਰਦਾਸ ਕੀਤੀ ਉਹ ਅਰਦਾਸ ਅੱਜ ਅਸੀਂ ਦੁਹਰਾਈਏ ਅਸੀਂ ਆਪਣਾ ਬੇਦਾਵਾ ਪੜਵਾਈਏ ਉਹ ਜਿਹੜੀ ਅਰਦਾਸ ਉਸ ਬਿਹਾਰੀ ਕਵੀ ਨੇ ਕੀਤੀ ਸੀ ਉਹ ਵੇਦਨਾ ਸੀ ਉਹ ਤੜਪ ਸੀ ਉਸ ਦੇ ਮਨ ਦੀ ਅੱਜ ਅਸੀਂ ਕਿਦਰੇ ਉਹ ਅਰਦਾਸ ਕਰ ਸਕੀਏ ਜਿਹੜੇ ਬਿਹਾਰੀ ਕਵੀ ਨੇ ਕਿਹਾ ਚਾਦਰ ਮੈਲੀ ਸਾਬਣ ਥੋੜਾ ਜਦ ਦੇਖਾਂ ਤਦ ਦਰੋਵਾਂ ਬਹੁਤੇ ਦਾਗ ਲਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ ਦਾਗਾ ਦੀ ਕੋਈ ਕੀਮਤ ਨਹੀਂ ਮੈਂ ਕਿਉਂ ਕਰ ਹੱਛੀ ਹੋਵਾਂ ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ ਮੈਂ ਸੱਚੇ ਸਾਬਣ ਤੋਂ ਹਾਂ ਸੋ ਇਸ ਦੇ ਨਾਲ ਹੀ ਅਸੀਂ ਆਪ ਨੂੰ ਬੇਨਤੀ ਕਰਦੇ ਹਾਂ ਸਾਨੂੰ ਜ਼ਰੂਰ ਲਿਖਣਾ ਇਹ ਪ੍ਰੋਗਰਾਮ ਤੁਹਾਨੂੰ ਕਿਹਦਾ ਲੱਗਾ ਔਰ ਇਸ ਦੇ ਇਚ ਨਾਲ ਹੋਰ ਅਸੀਂ ਕੀ ਇੰਪਰੂਵਮੈਂਟ ਕਰੀਏ ਕਿਹੜੇ ਤੁਹਾਡੇ ਸੁਝਾਅ ਹੋਣ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਹੋਏਗਾ ਅਗਲੇ ਹਫਤੇ ਇਸੇ ਸਮੇਂ 8:30 ਵਜੇ ਈਸਟਰਨ ਟਾਈਮ ਅਸੀਂ ਆਪਦੇ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ